ਨਮਸਕਾਰ, ਸਤਿ ਸ਼੍ਰੀ ਅਕਾਲ। ਹੈਲੋ ਗਲੋਬਲ ਪੰਜਾਬ ਸ਼ੋਅ 'ਚ ਨੌਰਥ ਅਮਰੀਕਾ ਦੇ ਗਲੋਬਲ ਪੰਜਾਬ ਟੀਵੀ ਅਤੇ ਕੈਨੇਡਾ ਦੇ ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਬਿਹਾਰ ਦੇ ਚੋਣ ਨਤੀਜਿਆਂ ਦੀ। ਹਾਲ ਹੀ ਵਿੱਚ ਹੋਈਆਂ ਚੋਣਾਂ 'ਚ ਵਿਰੋਧੀ ਧਿਰਾਂ ਨੇ ਇਕੱਠੇ ਹੋ ਕੇ ਇੱਕ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਕੀ ਪੰਜਾਬ ਵਿੱਚ ਵੀ ਅਕਾਲੀ ਭਾਜਪਾ ਗੱਠਜੋੜ ਖਿਲਾਫ਼ 2017 ਦੀਆਂ ਚੋਣਾਂ 'ਚ ਵਿਰੋਧੀ ਧਿਰ ਇਕੱਠੇ ਹੋ ਸਕਦੇ ਨੇ? ਇਸ ਮਸਲੇ 'ਤੇ ਅਸੀਂ ਤੁਹਾਡੇ ਵਿਚਾਰ ਵੀ ਸੁਣਨੇ ਚਾਹਾਂਗੇ। ਪਰ ਉਸ ਤੋਂ ਪਹਿਲਾਂ ਮੈਂ ਅੱਜ ਵੀ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਪੈਸੀਫਿਕ ਟਾਈਮ ਮੁਤਾਬਿਕ ਸ਼ਾਮੀ 5:30 ਅਤੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ 8:30 ਲਾਈਵ ਮੰਡੇ ਤੋਂ ਫਰਾਈਡੇ ਦੇਖ ਸਕਦੇ ਜੇ। ਇਹਦੇ ਕੁਝ ਰਿਪੀਟ ਸ਼ੋਅ ਵੀ ਹੁੰਦੇ ਨੇ ਜਿਹਨੂੰ ਤੁਸੀਂ ਸਾਰੇ ਦਰਸ਼ਕ ਪੁਰਾਣੀ ਰਿਕਾਰਡਿੰਗ ਸੁਣ ਸਕਦੇ ਜੇ। ਪ੍ਰੀ ਰਿਕਾਰਡਡ ਇਸੇ ਕਰਕੇ ਉੱਪਰ ਲਿਖਿਆ ਹੁੰਦਾ, ਉਸ ਵੇਲੇ ਤੁਸੀਂ ਸਵਾਲ ਜਵਾਬ ਨਹੀਂ ਕਰ ਸਕਦੇ। ਕੈਨੇਡਾ ਦੇ ਕੁਝ ਹਿੱਸਿਆਂ 'ਚ ਇਹ ਸ਼ੋਅ ਹਾਲੇ ਲਾਈਵ ਨਹੀਂ ਦੇਖਿਆ ਜਾ ਸਕਦਾ। ਅੱਜ ਦੇ ਮਸਲੇ 'ਤੇ ਗੱਲ ਕਰਨ ਤੋਂ ਪਹਿਲਾਂ ਮੈਂ ਪੰਜਾਬ ਦੇ ਹਾਲਾਤਾਂ 'ਤੇ ਇੱਕ ਅਪਡੇਟ ਦੇਣਾ ਚਾਹੁੰਦਾ। ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਵਾਂਗੂ SGPC ਦੀ ਐਗਜੈਕਟਿਵ ਜਿਹਦੀ ਕੱਲ੍ਹ ਮੀਟਿੰਗ ਹੋਈ, ਉਹਨੇ ਵੀ 10 ਨਵੰਬਰ ਦੇ ਸਰਬੱਤ ਖਾਲਸੇ ਵੱਲੋਂ ਅਪਣਾਏ ਗਏ ਮਤਿਆਂ ਨੂੰ ਰੱਦ ਕਰ ਦਿੱਤਾ ਹੈ। SGPC ਨੇ ਕਿਹਾ ਹੈ ਕਿ ਜਿਹੜੇ ਗੁੱਟਾਂ ਨੇ ਸਰਬੱਤ ਖਾਲਸਾ ਸੱਦਿਆ ਸੀ ਉਹਨਾਂ ਕੋਲ ਇਸ ਨੂੰ ਸੱਦਣ ਦਾ ਕੋਈ ਅਧਿਕਾਰ ਨਹੀਂ ਸੀ। ਉੱਧਰ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ 'ਚ ਇਲਜ਼ਾਮ ਲਾਇਆ। ਉਹ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ ਅਤੇ ਉੱਥੇ ਪ੍ਰੈਸ ਨਾਲ ਗੱਲ ਕਰਦਿਆਂ ਉਹਨਾਂ ਇਲਜ਼ਾਮ ਲਾਇਆ ਕਿ ਸਰਬੱਤ ਖਾਲਸਾ ਦੀ ਕਾਮਯਾਬੀ ਪਿੱਛੇ ਕਾਂਗਰਸ ਅਤੇ ਕੁਝ ਆਮ ਆਦਮੀ ਪਾਰਟੀ ਦੇ ਬੰਦਿਆਂ ਦਾ ਹੱਥ ਸੀ, ਖਾਸ ਕਰਕੇ ਕਾਂਗਰਸ ਦਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਮਨਜੀਤ ਸਿੰਘ ਸਿੱਖੀ ਅਤੇ ਇੰਦਰਜੀਤ ਸਿੰਘ ਜ਼ੀਰਾ ਵਰਗੇ ਕਾਂਗਰਸ ਲੀਡਰਾਂ ਨੇ ਸਰਬੱਤ ਖਾਲਸਾ ਨੂੰ ਸੰਬੋਧਨ ਵੀ ਕੀਤਾ ਸੀ। ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਦਿਵਾਲੀ ਦੇ ਮੌਕੇ 'ਤੇ ਵਿਰੋਧ ਕਰ ਰਹੇ ਨੇ ਉਹ ਸਹੀ ਮਾਇਨਿਆਂ 'ਚ ਸਿੱਖ ਨਹੀਂ ਨੇ ਅਤੇ ਸਿੱਖਾਂ ਦੇ ਉਹ ਦੁਸ਼ਮਣ ਨੇ। ਬਹੁਤ ਇੱਕ ਵਿਵਾਦਿਕ ਸਟੇਟਮੈਂਟ ਉਹਨਾਂ ਨੇ ਦਿੱਤੀ ਆ। ਉਹਨਾਂ ਨੇ ਕੁਝ ਬਾਹਰਲੀਆਂ ਤਾਕਤਾਂ ਦਾ ਵੀ ਇਸ ਸਰਬੱਤ ਖਾਲਸਾ ਵਿੱਚ ਹੱਥ ਦੱਸਿਆ। ਇਹ ਬਿਆਨ ਮੇਰਾ ਖਿਆਲ ਕੁਝ ਹੱਦ ਤੱਕ ਕੋਈ ਦੇਣ ਦੀ ਬਹੁਤੀ ਲੋੜ ਨਹੀਂ ਸੀ, ਥੋੜ੍ਹਾ ਜਿਹਾ ਗੈਰ ਜ਼ਿੰਮੇਵਾਰਾਨਾ ਜਾਪਦਾ ਵਾ। ਸੁਖਬੀਰ ਸਿੰਘ ਬਾਦਲ ਨੇ ਆਪਣੇ ਇਲਜ਼ਾਮ ਦੇ ਸਮਰਥਨ 'ਚ ਕੋਈ ਪੁਖਤਾ ਸਬੂਤ ਤਾਂ ਨਹੀਂ ਦਿੱਤੇ, ਪਰ ਕੱਲ੍ਹ ਸਾਰਾ ਦਿਨ ਸ਼ੁੱਕਰਵਾਰ ਨੂੰ ਇੱਥੇ ਸੋਸ਼ਲ ਮੀਡੀਆ 'ਤੇ ਇੱਕ ਆਡੀਓ ਕਲਿੱਪ ਜ਼ਰੂਰ ਚੱਲ ਰਹੀ ਸੀ। ਇਸ ਆਡੀਓ ਕਲਿੱਪ ਦੇ ਵਿੱਚ ਕਾਂਗਰਸ ਦੇ ਕੁਝ ਲੋਕਲ ਲੀਡਰ, ਉੱਥੋਂ ਦੇ ਜੇ ਕੋਈ ਲੋਕਲ ਲੀਡਰ ਆ, ਹਰਮਿੰਦਰ ਸਿੰਘ ਗਿੱਲ, ਲਾਲੀ ਮਜੀਠੀਆ ਵਗੈਰਾ ਵਗੈਰਾ, ਉਹ ਇੱਕ ਯੂਨਾਈਟਿਡ ਅਕਾਲੀ ਦਲ ਦੇ ਲੀਡਰ ਸਤਨਾਮ ਸਿੰਘ ਮਨਾਵਾ ਨਾਲ ਉਹ ਕੋਈ ਗੱਲਬਾਤ ਕਰ ਰਹੇ ਸੀ ਸਰਬੱਤ ਖਾਲਸਾ ਬਾਰੇ, ਵੀ ਅਸੀਂ ਬੰਦੇ ਭੇਜਣੇ ਆ, ਅਸੀਂ ਆਈਏ ਕਿ ਨਾ ਆਈਏ, ਜੇ ਅਸੀਂ ਆਏ ਤੁਸੀਂ ਕਹਿਣਾ ਵਾ ਫਿਰ ਕਾਂਗਰਸੀ ਤੁਰੇ ਫਿਰਦੇ ਇੱਥੇ, ਇਹੋ ਜਿਹੀਆਂ ਗੱਲਾਂ ਉਹ ਕਰ ਰਹੇ ਸੀ। ਇਸ ਆਡੀਓ ਦੇ ਸਹੀ ਹੋਣ ਦੀ ਪੁਸ਼ਟੀ ਤਾਂ ਨਹੀਂ ਹੋਈ, ਲੇਕਿਨ ਇਹ ਕਲਿੱਪ ਚੱਲ ਜ਼ਰੂਰ ਰਿਹਾ। ਕੁਛ ਅਖਬਾਰਾਂ ਦੇ ਵਿੱਚ ਵੀ ਇਸ ਚੀਜ਼ ਦਾ ਮੈਨਸ਼ਨ ਜ਼ਰੂਰ ਹੈ। ਮੈਂ ਇੱਥੇ ਵੀ ਦੱਸ ਦੇਵਾਂ ਕਿ ਕੱਲ੍ਹ ਦੇਰ ਰਾਤ, ਤੁਹਾਨੂੰ ਪਤਾ ਹੀ ਆ ਕਿ ਪਿਛਲੇ 2 ਦਿਨਾਂ ਤੋਂ ਕੁਝ ਜਿਹੜੇ ਸਿਆਸੀ ਲੀਡਰ ਆ, ਧਾਰਮਿਕ ਲੀਡਰ ਆ, ਜਿਨ੍ਹਾਂ ਨੇ ਸਰਬੱਤ ਖਾਲਸੇ ਨੂੰ ਆਯੋਜਿਤ ਕੀਤਾ ਸੀ, ਉਹਨਾਂ ਨੂੰ 2 ਦਿਨਾਂ ਦਾ ਫੜਿਆ ਵਾ। ਕੱਲ੍ਹ ਉਹਨਾਂ 'ਤੇ ਸਡੀਸ਼ਨ ਦਾ ਕੇਸ, ਦੇਸ਼ ਦਰੋਹ ਦਾ ਕੇਸ ਜਿਹੜਾ ਵਾ ਉਹ ਕੱਲ੍ਹ ਉਹਨਾਂ ਦੇ ਉੱਤੇ ਲਾ ਦਿੱਤਾ ਗਿਆ ਵਾ। ਉਹਨਾਂ 'ਤੇ ਕਰੀਬ 20 ਬੰਦਿਆਂ ਦੇ ਉੱਤੇ ਇਹ ਕੇਸ ਲਾ ਦਿੱਤਾ ਗਿਆ ਵਾ। ਉਹਦੇ 'ਚ ਕੁਝ ਬਾਹਰੋਂ ਆਏ ਜਿਹੜੇ ਅਮੈਰੀਕਾ ਤੋਂ ਵੀ, ਮੇਰੇ ਖਿਆਲ ਹਰਿੰਦਰ ਸਿੰਘ, ਰੇਸ਼ਮ ਸਿੰਘ ਵਰਗੇ ਕੁਝ ਸੱਜਣ ਜਿਹੜੇ ਅਮੈਰੀਕਾ ਤੋਂ ਆਏ ਸੀ, ਉਹ ਵੀ ਇਸ ਸਡੀਸ਼ਨ ਦੇ ਕੇਸ ਦੇ ਵਿੱਚ ਸ਼ਾਮਿਲ ਨੇ। ਇਹਦੀ ਆਲੋਚਨਾ ਵੀ ਹੋ ਰਹੀ ਆ। ਹੁਣ ਆਪਾਂ ਆਉਂਦੇ ਹਾਂ ਅੱਜ ਦੇ ਮਸਲੇ 'ਤੇ। ਹਾਲ ਹੀ ਵਿੱਚ ਹੋਈਆਂ ਬਿਹਾਰ ਚੋਣਾਂ 'ਚ ਗ੍ਰੈਂਡ ਅਲਾਇੰਸ ਨੇ
ਟੋਟਲ ਸੀਟਾਂ ਉੱਥੇ 243 ਆ, ਉਹ 'ਚੋਂ 178 ਸੀਟਾਂ 'ਤੇ ਸ਼ਾਨਦਾਰ ਜਿੱਤ ਗ੍ਰੈਂਡ ਅਲਾਇੰਸ ਨੇ ਕੀਤੀ ਆ। ਇਸ ਗੱਠਜੋੜ ਦੇ ਹਿੱਸੇਦਾਰ ਸੀਗੇ ਨਿਤੀਸ਼ ਕੁਮਾਰ ਦੀ ਜਿਹੜੀ ਆ ਪਾਰਟੀ ਜਨਤਾ ਦਲ ਯੂਨਾਈਟਿਡ, ਲਾਲੂ ਪ੍ਰਸਾਦ ਯਾਦਵ ਦੀ ਜਿਹੜੀ ਪਾਰਟੀ ਆ RJD ਔਰ ਕਾਂਗਰਸ ਪਾਰਟੀ। ਦੂਜੇ ਪਾਸੇ ਭਾਜਪਾ ਦੀ ਅਗਵਾਈ ਹੇਠ NDA ਨੂੰ ਸਿਰਫ 58 ਸੀਟਾਂ ਹਾਸਲ ਹੋਈਆਂ। ਗ੍ਰੈਂਡ ਅਲਾਇੰਸ ਦੀ ਜਿੱਤ ਦੇ ਕਈ ਕਾਰਨ ਦੱਸੇ ਜਾ ਰਹੇ ਆ। ਇੱਕ ਤਾਂ ਕਾਰਨ ਇਹ ਆ ਵੀ ਨਿਤੀਸ਼ ਕੁਮਾਰ ਦੀ ਲੀਡਰਸ਼ਿਪ ਜਿਹੜੀ ਆ ਉਹਨੂੰ ਲੋਕਾਂ ਨੇ ਬੜਾ ਪਸੰਦ ਕੀਤਾ। ਉਹਨਾਂ ਦੇ ਮੁਕਾਬਲੇ 'ਚ ਅਪੋਜੀਸ਼ਨ ਕੋਲ, ਭਾਜਪਾ ਕੋਲ ਕੋਈ ਲੀਡਰ ਉਸ ਮੁਕਾਬਲੇ ਦਾ ਨਹੀਂ ਸੀ। ਦੂਜਾ ਕਾਰਨ ਗ੍ਰੈਂਡ ਅਲਾਇੰਸ ਵੱਲੋਂ ਬਿਹਾਰੀ ਵਰਸਿਸ ਬਾਰੀ, ਗ੍ਰੈਂਡ ਅਲਾਇੰਸ ਨੇ ਕਿਹਾ ਵੀ ਤੁਸੀਂ ਬਿਹਾਰੀਆਂ ਨੂੰ ਵੋਟ ਪਾਓ, ਇਹ ਬਾਹਰ ਦੇ ਬੰਦੇ ਆ ਜਿਹਨਾਂ ਨੂੰ ਜਿਹੜੇ ਇੱਥੇ ਆ ਕੇ ਵੋਟਾਂ ਲੈਣੀਆਂ ਚਾਹੁੰਦੇ, ਉਹਨਾਂ ਦਾ ਮਤਲਬ ਸੀ ਨਰਿੰਦਰ ਮੋਦੀ ਜਿਹੜੇ ਉੱਥੇ ਵੋਟਾਂ ਭਾਜਪਾ ਵਾਸਤੇ ਔਰ NDA ਵਾਸਤੇ ਮੰਗ ਰਹੇ ਸਨ। ਸੋ ਲੋਕਾਂ ਨੇ ਬਿਹਾਰੀ ਨੂੰ ਬਾਹਰੀ ਦੇ ਉੱਤੇ ਪ੍ਰੈਫਰ ਕੀਤਾ। ਤੀਸਰਾ, ਜਿਹੜੀ ਅਸਹਿਣਸ਼ੀਲਤਾ ਦੇ ਜਿਹੜੇ ਮਾਹੌਲ ਜਿਹਾ ਬਣਿਆ ਸੀ, ਕੁਝ ਸਟੇਟਮੈਂਟਸ ਆ ਰਹੀਆਂ ਸੀ BJP ਦੇ ਕੁਝ ਲੀਡਰਾਂ ਦੀਆਂ, RSS ਦੇ ਕੁਝ ਲੀਡਰਾਂ ਦੀਆਂ, ਉਹਦੇ ਕਰਕੇ ਮੇਰੇ ਖਿਆਲ ਜਿਹੜੇ ਘੱਟ ਗਿਣਤੀ ਦੇ ਲੋਕ ਆ, ਖਾਸ ਕਰਕੇ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਆ, ਉਹ ਗ੍ਰੈਂਡ ਅਲਾਇੰਸ ਵੱਲ ਨੂੰ ਜ਼ਿਆਦਾ ਗਏ, ਉਹਨਾਂ ਦੀ ਵੋਟ ਗ੍ਰੈਂਡ ਅਲਾਇੰਸ ਨੂੰ ਜ਼ਿਆਦਾ ਪਈ। ਪਰ ਗ੍ਰੈਂਡ ਅਲਾਇੰਸ ਦੀ ਜਿੱਤ ਦਾ ਮੁੱਖ ਕਾਰਨ ਜਿਹੜਾ ਜਾਪਦਾ ਨਾ, ਉਹ ਵਿਰੋਧੀ ਧਿਰਾਂ ਦੀ ਜਿਹੜੀ ਆ ਉਹਨਾਂ ਦੀ ਏਕਤਾ। ਇਸ ਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਲਓ ਵੀ ਜਿਹੜਾ ਵੋਟ ਸ਼ੇਅਰ ਆ ਉਹਦੇ 'ਚ ਜੇ ਸਿੰਗਲ ਲਾਰਜੈਸਟ ਪਾਰਟੀ ਵੇਖੀਏ ਤਾਂ BJP ਦਾ ਵੋਟ ਸ਼ੇਅਰ ਸਭ ਤੋਂ ਜ਼ਿਆਦਾ, ਕਰੀਬ 24%, RJD ਦਾ ਕਰੀਬ ਹੈ 19%, ਅਤੇ JDU ਦਾ ਹੈਗਾ ਵਾ ਸਿਰਫ 17%। ਸੋ ਜੇ ਸਿੰਗਲ ਵੋਟ ਸ਼ੇਅਰ ਵੇਖੀਏ ਤਾਂ ਭਾਜਪਾ ਦਾ ਸਭ ਤੋਂ ਜ਼ਿਆਦਾ ਵਾ। ਜੇ ਇਹ ਇਕੱਠੇ ਹੋ ਕੇ ਲੜਿਆ ਤਾਂ ਸ਼ਾਇਦ ਇਸੇ ਕਰਕੇ ਜਿੱਤ ਸਕੇ ਆ। ਜੇ ਇਹ ਇਕੱਲੇ ਵੋਟਾਂ ਦੇ ਵਿੱਚ ਹਿੱਸਾ ਲੈਂਦੇ, ਇਲੈਕਸ਼ਨ ਦੇ ਵਿੱਚ ਹਿੱਸਾ ਲੈਂਦੇ, ਤਾਂ ਭਾਜਪਾ ਅਤੇ NDA ਫਿਰ ਤੋਂ ਮੇਰੇ ਖਿਆਲ ਨਾਲ ਬਾਜ਼ੀ ਮਾਰ ਸਕਦਾ ਸੀ। ਪਰ ਗ੍ਰੈਂਡ ਅਲਾਇੰਸ ਦੇ ਤਿੰਨੇ ਸਹਿਯੋਗੀ ਕੁੱਲ ਮਿਲਾ ਕੇ, ਕਿਉਂਕਿ ਉਹ ਇਕੱਠੇ ਸੀ, ਵੋਟ ਸ਼ੇਅਰ ਉਹਨਾਂ ਦਾ ਇਕੱਠਾ ਵੇਖੀਏ ਤਾਂ ਉਹ ਕਰੀਬ 40-42% ਵੋਟ ਸ਼ੇਅਰ ਬਣ ਜਾਂਦਾ। ਉੱਧਰ ਭਾਜਪਾ ਦਾ ਸਿਰਫ 24-25, ਜਾਂ ਉਹਨਾਂ ਦੀ ਟੋਟਲ ਅਲਾਇੰਸ ਦਾ ਸਿਰਫ 30%, ਜਿਹੜਾ NDA ਦੇ ਪਾਰਟੀਆਂ ਦਾ ਸਿਰਫ 30% ਬਣਦਾ। ਸੋ ਆਪਨੇ ਅਤੇ ਅਰਵਿੰਦ ਕੇਜਰੀਵਾਲ ਨੇ ਨਿਤੀਸ਼ ਕੁਮਾਰ ਦੀ ਹਿਮਾਇਤ ਤਾਂ ਜ਼ਰੂਰ ਕੀਤੀ ਹੈ, ਪਰ ਖੁੱਲ੍ਹ ਕੇ ਉਹ ਗ੍ਰੈਂਡ ਅਲਾਇੰਸ ਦਾ ਹਿੱਸਾ ਨਹੀਂ ਬਣੇ। ਪਰ ਇਹ ਵੀ ਇੱਕ ਤਰੀਕੇ ਦੀ ਸਮਰਥਨ ਥੋੜ੍ਹੀ ਬਹੁਤ, ਜਿਹੜੀ ਜਿੰਨੀ ਵੀ ਆਮ ਆਦਮੀ ਪਾਰਟੀ ਦੇ ਉੱਥੇ ਵੋਟ ਆ, ਉਹ ਵੀ ਗ੍ਰੈਂਡ ਅਲਾਇੰਸ ਨੂੰ ਹੀ ਪਈ। ਪੰਜਾਬ 'ਚ ਤੁਹਾਨੂੰ ਪਤਾ ਹੀ ਆ ਕਿ ਚੋਣਾਂ ਜਿਹੜੀਆਂ ਵਾ ਫਰਵਰੀ ਦੇ ਵਿੱਚ ਹੋਣੀਆਂ ਵਾ, ਸ਼ਾਇਦ ਹੋ ਸਕਦਾ ਜਨਵਰੀ ਦੇ ਵਿੱਚ ਹੀ ਹੋ ਜਾਣ, ਫਰਵਰੀ ਦੇ ਵਿੱਚ ਨਤੀਜੇ ਮੇਰੇ ਖਿਆਲ ਆ ਜਾਣਗੇ। ਇਹਦੇ 'ਚ ਅਕਾਲੀ ਭਾਜਪਾ ਦਾ ਮੁੱਖ ਮੁਕਾਬਲਾ ਜਿਹੜਾ ਵਾ ਇਸ ਵੇਲੇ ਜੋ ਜਾਪ ਰਿਹਾ ਉਹ ਹੈ ਆਮ ਆਦਮੀ ਪਾਰਟੀ ਅਤੇ ਕਾਂਗਰਸ ਨਾਲ। ਹਾਂ, BSP ਵੀ ਇੱਕ ਵੱਡੀ ਭੂਮਿਕਾ ਨਿਭਾ ਸਕਦੀ ਹੈ, BSP ਨੂੰ ਕਾਫੀ ਵੋਟ ਪੈਂਦੀ ਹੈ ਇੱਥੇ। ਸਵਾਲ ਇਹ ਉੱਠਦਾ ਵਾ ਵੀ ਕੀ ਬਿਹਾਰ ਵਾਂਗੂ ਪੰਜਾਬ ਵਿੱਚ ਵੀ ਵਿਰੋਧੀ ਧਿਰ ਇਕੱਠੇ ਹੋ ਸਕਦੇ ਆ? ਇਸ ਮਸਲੇ 'ਤੇ ਅਸੀਂ ਤੁਹਾਡੇ ਵਿਚਾਰ ਵੀ ਜਾਣਨੇ ਚਾਹਾਂਗੇ। ਮੈਨੂੰ ਪਤਾ ਤੁਹਾਡੇ 'ਚੋਂ ਬਹੁਤ ਸਾਰੇ ਸੱਜਣ ਪੰਜਾਬ ਦੇ ਹਾਲਾਤਾਂ ਉੱਤੇ ਵੀ ਟਿੱਪਣੀ ਕਰਨੀ ਚਾਹੁੰਗੇ, ਉਹ ਵੀ ਜੀ ਸਦਕੇ। ਪਰ ਆਪਾਂ ਕੋਸ਼ਿਸ਼ ਕਰੀਏ ਕਿ ਜਿੱਥੇ ਤੱਕ ਹੋ ਸਕੇ, ਕਿਉਂਕਿ ਆਪਾਂ ਪੰਜਾਬ ਦੀ ਕਈ ਦਿਨਾਂ ਤੋਂ ਗੱਲ ਕਰਦੇ ਆ ਰਹੇ ਹਾਂ, ਵੀ ਅੱਜ ਆਪਾਂ ਜੇ ਬਿਹਾਰ ਦੀ ਗੱਲ ਕਰੀਏ ਔਰ ਬਿਹਾਰ ਦੀਆਂ ਚੋਣਾਂ ਦਾ ਅਸਰ ਪੰਜਾਬ 'ਤੇ ਕੀ ਹੋ ਸਕਦਾ ਵਾ, ਕੀ ਇੱਥੇ ਵੀ ਵਿਰੋਧੀ ਧਿਰ ਇਕੱਠੇ ਹੋ ਸਕਦੇ ਆ, ਕੀ ਉਹਦੇ ਚਾਂਸਿਸ ਹਨ? ਕੁਝ ਸੱਜਣ ਸਾਡੇ ਨਾਲ ਜੁੜ ਗਏ ਆ, ਦੇਖਦੇ ਹਾਂ ਉਹ ਕੀ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸੁਖਬੀਰ ਅਜਵਾਲ ਬੋਲ। ਹਾਂਜੀ ਹਾਂਜੀ ਸੁਖਬੀਰ ਜੀ, ਪਹਿਲੀ ਤਾਂ ਗੱਲ ਕਿ ਬਿਹਾਰ ਦੇ ਚੋਣਾਂ ਤੋਂ ਜੀ ਸਾਰਿਆਂ ਨੇ, ਸਾਰੇ ਪ੍ਰਦੇਸ਼ਾਂ ਨੇ ਇੱਕ ਗੱਲ ਸਿੱਖੀ ਆ ਜੀ, ਕਿ ਜਿੱਤ ਹੁੰਦੀ ਆ ਗਠਬੰਧਨ ਦੀ, ਕਿ ਹੁਣ ਹੈਗੀ ਆ ਕਿ ਗਠਬੰਧਨ ਦੀ ਪੋਲਿਟਿਕਸ ਜੀ। ਤੇ ਉਹਦੇ ਵਿੱਚ ਹੈਗਾ ਕਿ ਇਸ ਵੇਲੇ ਪੰਜਾਬ ਦੀ ਜੇ ਲਈਏ, ਇਸ ਵੇਲੇ ਪੰਜਾਬ ਦੇ ਵਿੱਚ 18 ਪਾਰਟੀਆਂ ਹੈਗੀਆਂ, ਜੇ ਮੈਂ ਗਿਣਾ ਸਕਦਾ ਜੀ, ਜਿਹਨਾਂ ਚੋਂ 6 ਤਾਂ ਹੈਗੀਆਂ
ਅਕਾਲੀ ਪਾਰਟੀਆਂ ਜੀ, ਜਿਹਦੇ ਵਿੱਚ ਇਨਕਲੂਡ ਕਰਦੇ ਹਾਂ ਆਨੰਦਗੜ੍ਹ ਨੇ ਵੀ ਅੱਜ ਕਿਹਾ ਕਿ ਨਵੀਂ ਪਾਰਟੀ ਬਣਾਉਣੀ ਆ ਜੀ, ਤੇ ਉਹਦੇ ਵਿੱਚ ਨਾਰੇ ਹੈਗਾ ਕਿ ਸਿੱਖ ਸਮਾਜ ਪਾਰਟੀ ਜੀ ਰੇਨੂ ਕੇ, ਤੇ ਉਸ ਤੋਂ ਬਾਅਦ ਹੈਗੇ ਆਮ ਦੀਆਂ ਦੋ ਪਾਰਟੀਆਂ, ਕਾਂਗਰਸ ਦੀਆਂ ਦੋ ਪਾਰਟੀਆਂ, ਬੀਜੇਪੀ ਦੀਆਂ ਦੋ ਪਾਰਟੀਆਂ, ਚਾਰ ਪੰਜ ਹੋਰ। ਇਹਨਾਂ ਦੇ ਵਿੱਚ ਜਿਹੜਾ ਹੈਗਾ ਕਿ ਗਠਬੰਧਨ ਉਦੋਂ ਤੱਕ ਕਿੱਦਾਂ ਹੋਏਗਾ ਉਹ ਤੇ ਡਿਪੈਂਡ ਕਰੇਗਾ। ਹਾਲੇ ਤਾਂ ਪਹਿਲਾਂ ਹੈਗਾ ਪਾਰਟੀਆਂ ਕਿੰਨੀਆਂ ਹੈਗੀਆਂ ਉਦੋਂ ਤੱਕ ਕਿੰਨੀਆਂ ਬਣਨੀਆਂ ਹੈ। ਸੁਖਬੀਰ ਜੀ, ਪਾਰਟੀਆਂ ਨਹੀਂ, ਇਹ ਗੁੱਟ ਆ, ਗੁੱਟ ਆ ਸਾਰੀਆਂ ਪਾਰਟੀਆਂ ਤੇ ਥੋੜੀਆਂ ਹੀ ਆ, ਇਹ ਇੰਨੇ ਗੁੱਟ ਆ ਜ਼ਰੂਰ। ਹਾਂਜੀ, ਉਹ ਪਾਰਟੀਆਂ ਹੀ ਬਣ ਜਾਣੀਆਂ ਖਾਲੀ ਜੀ, ਖਾਲੀ ਇਲੈਕਸ਼ਨ ਕਮਿਸ਼ਨ ਨੂੰ ਦੇਣਾ ਹੀ ਹੁੰਦਾ ਹੈ। ਸੋ ਤੁਸੀਂ, ਤੁਹਾਨੂੰ ਲੱਗਦਾ ਵੀ ਇਹ, ਤੁਹਾਨੂੰ ਲੱਗਦਾ ਵੀ ਵਿਰੋਧੀ ਧਿਰ ਇਕੱਠੇ ਹੋ ਸਕਦੇ ਪੰਜਾਬ 'ਚ? ਕਿਹਦੇ ਵਿਰੋਧੀ ਧਿਰ? ਕਿਹਦੇ ਵਿਰੋਧੀ? ਅਕਾਲੀ ਭਾਜਪਾ ਦੇ ਵਿਰੋਧੀ ਜਿਹੜੀ ਇਸ ਵੇਲੇ ਸੱਤਾ 'ਚ ਪਾਰਟੀ ਆ, ਅਕਾਲੀ ਭਾਜਪਾ ਵਾ, ਆਪਣੇ ਚਾਰ ਪਾਰਟੀਆਂ ਹੈਗੀਆਂ ਆ, ਤੇ ਉਹਨਾਂ ਦੇ ਵਿਰੋਧੀ ਕੌਣ ਹੋਣੇ ਆ? ਨਹੀਂ, ਅਕਾਲੀ ਭਾਜਪਾ ਸੱਤਾ 'ਚ ਆ, ਅਤੇ ਵਿਰੋਧੀ ਧਿਰ 'ਤੇ ਆਪਾਂ ਅਪੋਜੀਸ਼ਨ ਪਾਰਟੀਜ਼ ਨੂੰ ਕਹਿੰਦੇ ਹਾਂ ਨਾ। ਇਸ ਵੇਲੇ ਅਪੋਜੀਸ਼ਨ ਪਾਰਟੀ ਆਮ ਆਦਮੀ ਪਾਰਟੀ, ਕਾਂਗਰਸ, BSP ਮੁੱਖ ਪਾਰਟੀਆਂ ਦੀ ਹੋਈ ਆ। ਇਹਨਾਂ ਦੇ ਵਿੱਚੋਂ ਜਿਹੜੀਆਂ ਪਾਰਟੀਆਂ, ਇਹ ਨਹੀਂ ਜਿਹੜਾ ਹੈਗਾ ਕਿ ਅਖੀਰ 'ਤੇ ਬਿਹਾਰ ਵੱਲੋਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਉਹ ਜਿਹੜੀਆਂ ਬਿਹਾਰ ਦੀਆਂ ਵੋਟਾਂ ਹੈਗੀਆਂ ਜਾਂ UP ਦੀਆਂ ਵੋਟਾਂ ਉਹ ਕਿਹਨੂੰ ਪਾਣੀਆਂ? ਉਹ ਪਾਣੀਆਂ ਹੈਗਾ ਕਿ ਲਾਲੂ ਨੂੰ ਅਤੇ ਰਾਮੂ ਨੂੰ। ਰਾਮੂ ਦਾ ਮਤਲਬ ਰਾਮੂ ਵਾਲੀਆ ਉਰਫ ਮੁਲਾਇਮ। ਅੱਛਾ ਜੀ, ਅਤੇ ਉਹਨੇ ਉਹਦਾ ਸਭ ਤੋਂ ਜ਼ਿਆਦਾ ਫਰਕ ਪੈਣਾ ਹੈਗਾ ਆ। ਅਤੇ ਜਿਹੜੀਆਂ ਹੈਗੀਆਂ ਕਿ ਅਕਾਲੀ ਦੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਆ, ਇਹਦੇ ਵਿੱਚ ਫਰਕ ਪੈਣਾ ਹੈਗਾ ਆ ਕਿ ਕਿਹੜੀ ਕਿਹੜਾ ਗਰੁੱਪ ਜਿਹਨਾਂ ਦੀਆਂ ਅਲੱਗ ਅਲੱਗ ਪਾਰਟੀਆਂ ਹੋ ਜਾਣੀਆਂ, ਉਹ ਸਿੱਖ ਦੀ ਡੈਫੀਨੇਸ਼ਨ ਕੀ ਦਿੰਦਾ ਹੈ। ਇਹਦੇ ਨਾਲ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੀ ਇਲੈਕਸ਼ਨਾਂ ਕਨੈਕਟਡ ਰਹਿਣੀਆਂ ਹੈਗੀਆਂ। ਕਿ ਜੇ ਹੈਗਾ ਕਿ 1925 ਦੇ ਐਕਟ ਦੇ ਮੁਤਾਬਕ ਜਾਈਏ, ਉਹਦੇ ਨਾਲ ਹੈਗਾ ਕਿ ਜਿਹੜੀਆਂ ਸਿੱਖਾਂ ਦੀ ਗਿਣਤੀ ਆ ਬਹੁਤ ਘੱਟ ਜਾਣੀ ਹੈਗੀ ਆ। ਜੇ ਤੇ ਉਹਦੇ ਵਿੱਚ ਹੈਗਾ ਕੱਲੀ ਵੋਟ ਪਾਉਣ ਦਾ ਹੱਕ ਹੈਗਾ ਆ ਅਮਰਧਾਰੀ ਸਿੱਖ ਨੂੰ। ਓਕੇ, ਤੇ ਉਹ ਤੇ ਡਿਪੈਂਡ ਕਰਦਾ ਜਿਹੜਾ ਹੈਗਾ ਕਿ ਪੋਲੀਟਿਕਸ ਵਿੱਚ ਵੀ ਫਰਕ ਪੈਣਾ ਹੈਗਾ ਪੰਜਾਬ ਦੀਆਂ ਇਲੈਕਸ਼ਨਾਂ ਵਿੱਚ ਵੀ। ਓਕੇ ਓਕੇ, ਠੀਕ ਹੈ ਸੁਖਬੀਰ ਜੀ, ਲੰਬੀ ਗੱਲ ਹੋ ਰਹੀ, ਮੈਨੂੰ ਕੱਟਣਾ ਪੈਣਾ ਵਿੱਚ। ਸੋ ਇੱਕ ਇੰਟਰਸਟਿੰਗ ਪੁਆਇੰਟ ਰੇਜ਼ ਕੀਤਾ ਸੁਖਬੀਰ ਅਤਵਾਲ ਹੋਣਾ ਨੇ ਕਿ ਜਿਹੜੀ UP ਅਤੇ ਬਿਹਾਰ ਦੀ ਵੋਟ ਆ ਉਹ ਕਿੱਧਰ ਨੂੰ ਪਊਗੀ? ਉਹ ਵੋਟ ਜਿਹੜੀ ਆ ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਯਾਦਵ ਦੇ ਕਹਿਣ 'ਤੇ ਪੈਣੀ ਇੱਥੇ, ਔਰ ਕੁਝ ਹੱਦ ਤੱਕ ਮੁਲਾਇਮ ਸਿੰਘ ਯਾਦਵ ਦੇ ਕਹਿਣ 'ਤੇ ਪੈਣੀ ਆ। ਉਹ ਕਾਂਗਰਸ ਨੂੰ ਵੀ ਪੈ ਸਕਦੀ ਹੈ ਕਿਉਂਕਿ ਕਾਂਗਰਸ ਉਹਨਾਂ ਦੀ ਉੱਥੇ ਗਠਬੰਧਨ ਦਾ ਹਿੱਸਾ ਸੀ, ਔਰ ਉਹ ਆਮ ਆਦਮੀ ਪਾਰਟੀ ਨੂੰ, ਕਿਉਂਕਿ ਆਮ ਆਦਮੀ ਪਾਰਟੀ ਵੀ ਉੱਥੇ ਉਹਨਾਂ ਨੇ ਸਮਰਥਨ ਨਿਤਿਸ਼ ਕੁਮਾਰ ਦਾ ਕੀਤਾ। ਇੱਥੇ ਉਹ ਕਿਵੇਂ ਪਊਗੀ? ਦੋਵਾਂ ਨੂੰ ਪਊਗੀ, ਵੰਡੀ ਜਾਊਗੀ ਕਿ ਕਿਸੇ ਇੱਕ ਨੂੰ ਪਾਉਣਗੇ ਉਹ? ਇਹ ਵੈਸੇ ਇੰਟਰਸਟਿੰਗ ਪੁਆਇੰਟ ਹੈ, ਇਹ ਦੇਖਣਾ ਹੋਊਗਾ। ਬਾਕੀ ਪੰਥਕ ਪਾਰਟੀਆਂ ਦਾ, ਪੰਥਕ ਜਥੇਬੰਦੀਆਂ ਦਾ ਰੁਝਾਨ ਕੀ ਬਣਦਾ ਵਾ, ਕਿਉਂਕਿ ਉਦੋਂ ਤੱਕ SGPC ਦੀਆਂ ਚੋਣਾਂ ਵੀ ਸ਼ਾਇਦ ਹੋ ਜਾਣ, ਔਰ ਉਹਦੇ 'ਚ ਸਿੱਖ ਦੀ ਡੈਫੀਨੇਸ਼ਨ ਕੀ ਹੋਊਗੀ ਉਹਦਾ ਵੀ ਅਸਰ ਜ਼ਰੂਰ ਪਊਗਾ। ਦੇਖਦੇ ਹਾਂ ਅਗਲੇ ਸੱਜਣ ਸਾਡੇ ਕੀ ਵਿਚਾਰ ਰੱਖਣਾ ਚਾਹੁੰਦੇ ਆ। ਹੈਲੋ ਹੈਲੋ, ਯੈਸ ਸਰ, ਹਾਂਜੀ ਭਾਈ ਸਾਹਿਬ, ਕੌਣ ਬੋਲ ਰਹੇ? ਮੈਂ ਜਗੀਰ ਸਿੰਘ ਨਿਊਯਾਰਕ ਤੋਂ ਬੋਲਦਾ ਜੀ। ਹਾਂਜੀ ਜਗੀਰ ਸਿੰਘ ਜੀ, ਸਵਾਗਤ ਹੈ, ਦੱਸੋ ਕੀ ਵਿਚਾਰ ਤੁਹਾਡੇ? ਹਾਂਜੀ, ਮੈਂ ਤੁਹਾਡਾ ਰੋਜ਼ ਪ੍ਰੋਗਰਾਮ ਸੁਣਨਾ। ਥੈਂਕ ਯੂ ਸਰ ਜੀ, ਮਿਹਰਬਾਨੀ। ਸਰ ਜੀ, ਮੈਂ ਦੋ ਕੇ ਗੱਲਾਂ ਕਰਨੀਆਂ, ਜ਼ਿਆਦਾ ਨਹੀਂ। ਹਾਂਜੀ, ਤੁਸੀਂ ਇੱਕ ਵਾਰੀ ਕਿਹਾ ਸੀ ਵੀ ਕੈਨੇਡਾ 'ਚ ਵੋਟਾਂ ਪਈਆਂ, ਵੀ ਇੰਡੀਆ ਵੀ ਇਹਨਾਂ ਵੋਟਾਂ ਬਾਰੇ ਕੁਛ ਸਿੱਖੂਗਾ। ਹਾਂਜੀ, ਮੈਂ ਸਰ ਜੀ ਇਹੀ, ਤੁਸੀਂ ਬੜੇ ਸਿਆਣੇ ਬੰਦੇ ਹੋ, ਮੈਂ ਇਹੀ ਕਹਿਣਾ ਚਾਹੁੰਦਾ ਵੀ ਡੈਮੋਕਰੇਟ ਸਿਸਟਮ ਚੰਗਾ ਜਾਂ ਡਾਂਗਾ ਸੋਟੇ ਚੰਗੇ ਨੇ?
ਨਹੀਂ ਜੀ, ਡੈਮੋਕ੍ਰੇਸੀ ਚੰਗੀ ਆ, ਆਪਾਂ ਕਿਉਂ ਡਾਂਗੇ ਸੋਟਾਂ ਦੇ ਡਾਂਗਾਂ ਸੋਟਿਆਂ ਵੱਲ ਜਾਣਾ? ਵੇ ਡੈਮੋਕ੍ਰੇਟ ਸਿਸਟਮ ਪੰਜਾਬ 'ਚ ਕਿਉਂ ਨਹੀਂ ਆ ਰਿਹਾ? ਉਹ ਦਾਵਾ ਤਾਂ ਕਰਦੇ ਜੀ ਇੱਥੇ ਵੀ ਡੈਮੋਕ੍ਰੇਟਿਕ ਸਿਸਟਮ ਹੈਗਾ, ਪਰ ਆਪਾਂ ਨੂੰ ਪਤਾ ਹੀ ਆ ਵੀ ਹੁੰਦੇ ਕਿ ਹਾਂਜੀ ਕਰਦਾ ਤੁਹਾਨੂੰ ਲੋਕਾਂ ਨੂੰ ਸਮਝਾਓ ਕਿ ਡੈਮੋਕ੍ਰੇਸੀ ਨਾਲ ਸਭ ਕੁਝ ਜਿੱਤਿਆ ਜਾ ਸਕਦਾ। ਬਿਲਕੁਲ ਠੀਕ ਹੈ ਜਗੀਰ ਸਿੰਘ ਜੀ, ਡੈਮੋਕ੍ਰੇਸੀ ਲੋਕਤੰਤਰ ਨਾਲ ਸਭ ਕੁਝ ਜਿੱਤਿਆ ਜਾ ਸਕਦਾ ਵਾ, ਪਹਾੜ ਵੀ ਹਿੱਲ ਜਾਂਦੇ ਜਿਵੇਂ ਮੈਂ ਕੱਲ੍ਹ ਕਿਹਾ ਸੀ। ਵਾਕਈ ਆਪਾਂ ਨੂੰ ਲੋਕਤੰਤਰ ਵੱਲ, ਲੋਕਤੰਤਰ ਦੀ ਪ੍ਰਣਾਲੀ ਨੂੰ ਹੋਰ ਤਕੜਾ ਕਰਨਾ ਚਾਹੀਦਾ ਵਾ, ਇਹਦੇ ਨਾਲ ਬਹੁਤ ਵੱਡਾ ਬਦਲਾਵ ਆ ਸਕਦਾ ਵਾ। ਜਗੀਰ ਸਿੰਘ ਜੀ, ਹੋਰ ਵੀ ਗੱਲ ਕਰਨੀ ਕੋਈ? ਨਹੀਂ, ਬਸ ਇਹੀ, ਮੈਂ ਤੁਹਾਡਾ ਰੋਜ਼ ਪ੍ਰੋਗਰਾਮ ਦੇਖਦਾ, ਤੁਹਾਡਾ ਥੈਂਕ ਯੂ ਵੈਰੀ ਮੱਚ ਵੀ ਮੇਰੇ ਨਾਲ ਗੱਲ ਕੀਤੀ ਆ, ਪਰ ਲੋਕਾਂ ਨੂੰ ਥੋੜ੍ਹਾ ਜਿਹਾ ਸਮਝਾਓ, ਬੜੇ ਤੁਸੀਂ ਸੈਂਸਫੁਲ ਬੰਦੇ ਆ, ਅਤੇ ਡੈਮੋਕ੍ਰੇਸੀ ਨਾਲ ਕੁਛ ਵੀ ਹੋ ਸਕਦਾ। ਮਿਹਰਬਾਨੀ ਮਿਹਰਬਾਨੀ ਜੀ, ਜ਼ਰੂਰ ਅਸੀਂ ਆਪਣੀ ਕੋਸ਼ਿਸ਼ ਜ਼ਰੂਰ ਕਰਾਂਗੇ। ਬਿਹਾਰ ਦੀਆਂ ਚੋਣਾਂ ਦੀ ਆਪਾਂ ਗੱਲ ਕਰਦੇ ਕਰਦੇ ਕੈਨੇਡਾ ਦੀ ਚੋਣਾਂ ਦੀ ਇਲੈਕਸ਼ਨ ਦੀ ਗੱਲ ਕਰ ਰਹੇ ਹਾਂ। ਵਾਕਈ ਕੈਨੇਡਾ ਦੀ ਇਲੈਕਸ਼ਨ 'ਚੋਂ ਕਈ ਸਬਕ ਆਪਾਂ ਲੈ ਸਕਦੇ ਹਾਂ। ਮੈਂ ਕੱਲ੍ਹ ਨਿਗਾਹ ਮਾਰ ਰਿਹਾ ਸੀ, ਮੈਂ ਇਹਦੇ 'ਤੇ ਕੱਲ੍ਹ ਆਪਣਾ ਇੱਕ ਵੀਡੀਓ ਬਲੌਗ ਵੀ ਕੀਤਾ ਕਿ ਕੈਨੇਡਾ ਦੀਆਂ ਚੋਣਾਂ ਦੇ ਵਿੱਚ ਜਦੋਂ ਮੰਤਰੀ ਮੰਡਲ ਉੱਥੇ ਬਣੀ ਆ, ਜਸਟਿਨ ਟਰੂਡੋ ਨੇ ਆਪਣੇ ਜਿਹੜੇ ਮੰਤਰੀ ਬਣਾਏ ਆ, ਉਹਦੇ 'ਚ ਦੇਖੋ ਕਿੰਨੀ ਉੱਥੋਂ ਦੀ ਵਿਭਿੰਨਤਾ, ਜਿਹੜੀ ਉਸ ਮੁਲਕ ਦੀ ਵਿਭਿੰਨਤਾ ਜਿਹੜੀ ਆ ਉਹ ਨਜ਼ਰ ਆਉਂਦੀ ਆ ਉਹਦੇ 'ਚ। ਸਿੱਖ ਵੀ ਹੈ ਉਹਦੇ 'ਚ, ਇੱਕ ਮਿਸਲ ਮੁਸਲਮਾਨ ਔਰਤ ਵੀ ਹੈ, ਇੱਕ ਕੋਈ ਅਪਾਹਿਜ ਵੀ ਹੈ ਜਿਹੜਾ ਹੈ ਹੈਂਡੀਕੈਪਡ ਬੰਦਾ, ਇਹ ਗੇ ਵੀ ਹੈ ਉਹਦੇ ਵਿੱਚ। ਦੇਖੋ ਇਹ ਸਾਰੀਆਂ ਡਾਈਵਰਸ ਕੰਡੀਸ਼ਨਸ ਨੂੰ ਉਹਨਾਂ ਨੇ ਆਪਣੇ ਉਹਦੇ 'ਚ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ। ਔਰ ਸਿਰਫ ਇਹੋ ਹੀ ਨਹੀਂ, ਜਿਹੜੇ ਉਹਨਾਂ ਨੇ ਪੋਰਟਫੋਲੀਓਜ਼ ਵੰਡੇ ਆ ਉਹਦੇ 'ਚ ਉਹਨਾਂ ਨੇ ਹਰ ਬੰਦੇ ਦੀ ਜਿਹੜੀ ਮਾਹਰਤਾ ਵਾ ਉਹਨੂੰ ਉਹਨਾਂ ਨੇ ਉਹਦੇ 'ਚ ਐਡਜਸਟ ਕੀਤਾ ਵਾ ਵੀ ਜਿਹੜਾ ਹੈਲਥ ਮਿਨਿਸਟਰ ਆ ਉਹ ਡਾਕਟਰ ਆ, ਜਿਹੜਾ ਕੋਈ ਸਾਇੰਸ ਦਾ ਮਿਨਿਸਟਰ ਆ ਉਹ ਸਾਇੰਟਿਸਟ ਆ, ਜੇ ਕੋਈ ਐਗਰੀਕਲਚਰ ਮਿਨਿਸਟਰ ਆ ਤਾਂ ਉਹ ਇੱਕ ਫਾਰਮਰ ਹੈ, ਜ਼ਿਮੀਂਦਾਰ ਹੈ, ਸੋ ਵਗੈਰਾ ਵਗੈਰਾ। ਸੋ ਇਹ ਚੀਜ਼ਾਂ ਜਿਹੜੀਆਂ ਵਾ ਸਾਡੇ ਇੱਥੇ ਸਿੱਖਣ ਦੀ ਲੋੜ ਹੈ। ਅਸੀਂ ਇੱਥੇ ਜਾਤੀ ਦੇ ਆਧਾਰ 'ਤੇ ਜਾਂ ਉਹਦੇ ਪੋਲੀਟੀਸ਼ੀਅਨ ਦੇ ਬੇਟੇ ਨੂੰ ਜਾਂ ਬੇਟੀ ਨੂੰ ਖੁਸ਼ ਕਰਨਾ, ਉਹਨੂੰ ਐਡਜਸਟ ਕਰਨਾ, ਸਾਡਾ ਇਹ ਸਿਸਟਮ ਅਸੀਂ ਇੱਥੇ ਅਡੋਪਟ ਕਰਦੇ ਹਾਂ ਜਦੋਂ ਪੋਰਟਫੋਲੀਓ ਬਣਦੇ ਹਾਂ। ਮੇਰੇ ਖਿਆਲ ਸਾਨੂੰ ਲੋਕਾਂ ਦੀ ਕਾਬਲੀਅਤ ਦੇ ਆਧਾਰ 'ਤੇ ਉਹਨਾਂ ਨੂੰ ਅਹੁਦੇ ਜਿਹੜੇ ਆ ਉਹ ਦੇਣੇ ਚਾਹੀਦੇ ਆ, ਸੋ ਦੈਟ ਕੋਈ ਲੋਕਾਂ ਨੂੰ ਵੀ ਫਾਇਦਾ ਹੋਵੇ। ਦੇਖਦੇ ਹਾਂ ਅਗਲੇ ਸੱਜਣ ਕੀ ਵਿਚਾਰ ਰੱਖਣਾ ਚਾਹੁੰਦੇ ਆ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਜਗਸੀਰ ਸਿੰਘ ਪ੍ਰਧਾਨ ਬੋਲ ਰਿਹਾ ਜੀ, ਫਰਿਜਨੋ ਤੋਂ। ਹਾਂਜੀ ਹਾਂਜੀ ਪ੍ਰਧਾਨ ਜੀ, ਸਵਾਗਤ ਹੈ। ਸਵਾਗਤ ਹੈ ਜੀ। ਮੈਂ ਇੱਕੋ ਗੱਲ ਕਰਨੀ ਹੈ ਜੀ, ਜਿਹੜੀਆਂ ਧਰਮ ਪੱਖ ਪਾਰਟੀਆਂ ਜੀ ਖਤਮ ਹੋ ਰਹੀਆਂ, ਤੇ ਤੁਸੀਂ ਵੇਖ ਲਓ ਅਗਲੇ ਟਾਈਮ ਦੇ ਵਿੱਚ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨਿਤੀਸ਼ ਕੁਮਾਰ ਬਣੂਗਾ। ਓਕੇ ਓਕੇ, ਜਿੰਨੀਆਂ ਧਾਰਮਿਕ ਪਾਰਟੀਆਂ ਨਾ ਤੁਸੀਂ ਦੇਖ ਦੋ ਹੌਲੀ ਹੌਲੀ ਨਾ ਇਹ ਸਭ ਖਤਮ ਹੋ ਜਾਣੀਆਂ, ਲੋਕਾਂ ਨੂੰ ਜਾਗਰਤ ਆਉਂਦੀ ਜਾਂਦੀ ਹੈ। ਪ੍ਰਧਾਨ ਜੀ ਕਹਿ ਰਹੇ ਆ ਕਿ ਲੋਕ ਹੁਣ ਜਾਗਰੂਕ ਹੋ ਰਹੇ ਆ ਔਰ ਹੌਲੀ ਹੌਲੀ ਜਿਹੜੇ ਧਰਮ ਦੇ ਨਾਂ 'ਤੇ ਜਾਂ ਜਾਤੀ ਦੇ ਆਧਾਰ 'ਤੇ ਵੋਟਾਂ ਮਿਲਦੀਆਂ ਰਹੀਆਂ ਵਾ ਉਹਦੇ ਥਾਂ 'ਤੇ ਹੁਣ ਵਿਕਾਸ ਦੇ ਆਧਾਰ 'ਤੇ, ਡਿਵੈਲਪਮੈਂਟ ਔਰ ਪ੍ਰੋਗਰੈਸ ਜਿਹੜਾ ਵਾ ਉਹਦੇ ਆਧਾਰ 'ਤੇ ਜੇ ਵੋਟਾਂ ਮਿਲਣ ਲੱਗ ਪਈਆਂ, ਤਾਂ ਫਿਰ ਨਿਤੀਸ਼ ਕੁਮਾਰ ਵਰਗੇ ਬੰਦੇ ਜਿਨ੍ਹਾਂ ਨੇ ਕਾਫੀ ਡਿਵੈਲਪਮੈਂਟ ਉੱਥੇ ਕੀਤੀ ਆ, ਉਹ ਉਹਨਾਂ ਨੂੰ ਜਿਹੜਾ ਵਾ ਮੇਰੇ ਖਿਆਲ ਨੈਸ਼ਨਲ ਸਟੇਜ 'ਤੇ ਵੀ ਆਉਣ ਦਾ ਮੌਕਾ ਮਿਲ ਸਕਦਾ ਵਾ। ਕਈ ਵਾਰਾਂ ਤਾਂ ਵੈਸੇ ਵਾਕਈ ਪ੍ਰਧਾਨ ਜੀ ਇਹ ਲੱਗਦਾ ਵਾ ਜੋ ਤੁਸੀਂ ਕਹਿ ਰਹੇ ਜੇ, ਪਰ ਕਈ ਵਾਰਾਂ ਫਿਰ ਆਪਾਂ ਕਈ ਨਤੀਜਿਆਂ ਦੇ ਚੋਣਾਂ ਦੇ ਨਤੀਜਿਆਂ 'ਤੇ ਨਜ਼ਰ ਮਾਰੀਏ ਤਾਂ ਫਿਰ ਲੱਗਦਾ ਵੀ ਅਸੀਂ ਵਾਪਸ ਜਾਤੀ ਧਰਮ ਦੇ ਆਧਾਰ 'ਤੇ ਵੋਟਾਂ ਪਾਉਣ ਲੱਗ ਪੈਂਦੇ ਹਾਂ। ਸੋ ਮੇਰੇ ਖਿਆਲ ਹਾਲੇ ਸਮਾਂ ਲੱਗੂਗਾ, ਪਰ ਜੇ ਛੇਤੀ ਹੋ ਜੇ ਤਾਂ ਇਹ ਵੀ ਚੰਗੀ ਗੱਲ ਹੈ। ਦੇਖਦੇ ਹਾਂ ਅਗਲੇ ਸੱਜਣ ਸਾਡੇ ਕੀ ਵਿਚਾਰ ਰੱਖਣੇ ਚਾਹੁੰਦੇ ਆ। ਹੈਲੋ, ਹੈਲੋ, ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਸੰਤ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਹਾਲ ਚਾਲ? ਮੁਲਤਾਨੀ ਸਾਹਿਬ ਬੋਲਦਾ, ਨਿਊਯਾਰਕ ਤੋਂ। ਕੌਣ ਬੋਲ ਰਹੇ? ਨਿਊਯਾਰਕ ਤੋਂ ਮੁਲਤਾਨੀ। ਹਾਂਜੀ ਹਾਂਜੀ ਭਾਈ ਸਾਹਿਬ, ਦੱਸੋ ਕੀ ਕਹਿਣਾ ਚਾਹੁੰਦੇ? ਹਾਂਜੀ
ਭਾਜੀ ਇਹ ਕਹਿੰਦੇ ਵੀ ਨਿਊਯਾਰਕ ਦੀਆਂ ਵੋਟਾਂ ਤੇ ਜਿਵੇਂ ਹੁਣ ਪੰਜਾਬ ਦੇ ਵਿੱਚ ਹਾਲਾਤ ਨੇ ਜੀ, ਤੇ ਹੁਣ ਸਰਬੱਤ ਖਾਲਸਾ ਆਪਣੇ ਸਿੱਖਾਂ ਨੇ ਮਤਲਬ ਸਾਰੇ ਨੇ ਇਕੱਠੇ ਹੋ ਕੇ ਕੀਤਾ ਜੀ। ਹੁਣ ਸੁਖਬੀਰ ਬਾਦਲ ਕਹਿ ਰਿਹਾ ਵੀ ਇਹ ਮਤਲਬ ਕਿਸਾਨ ਵੀਰ ਸੀ ਜਾਂ ਓਦਾਂ ਸੀ, ਇਹ ਨੀ ਹੁਣ ਜਿੰਨਾ ਸਰਬੱਤ ਖਾਲਸਾ ਹੁਣ ਜਿਹੜੇ ਜਹੇਦਾਰ ਹੈ ਸਾਰਿਆਂ ਨੂੰ ਅੰਦਰ ਕਰਾਏ ਨੇ ਜੀ। ਹੁਣ ਮੈਂ ਇਹੋ ਪੰਜਾਬੀ ਵੀਰਾਂ ਨੂੰ ਇਹੋ ਬੇਨਤੀ ਕਰਨਾ ਵੀ ਚਾਹੇ ਕੋਈ ਕਾਂਗਰਸ ਨੂੰ ਵੋਟ ਪਾਓ ਚਾਹੇ ਆਮ ਆਦਮੀ ਪਾਰਟੀ ਨੂੰ ਪਾਓ, ਪਰ ਅਕਾਲੀਆਂ ਦਾ ਜਿਹੜਾ ਹੈ ਨਾ ਪੀਟੀਸੀ ਉਹ ਵੀ ਬੰਦ ਕਰਾਓ, ਚਾਹੇ ਕੋਈ ਜਸਟ ਪੰਜਾਬੀ ਦੇ ਕਾਲ ਕਰਦਾ ਚਾਹੇ ਕੋਈ ਮਤਲਬ ਆਪਣੇ ਗਲੋਬਲ ਪੰਜਾਬ ਦੇ ਕਾਲ ਕਰਦਾ ਸਿੱਖਾਂ ਨੂੰ, ਇਹੋ ਹੀ ਮੇਰੀ ਬੇਨਤੀ ਹੈ ਵੀਰਾਂ ਨੂੰ ਵੀ ਉਹਨਾਂ ਨੂੰ ਨਾ ਤੇ ਵੋਟ ਪਾਓ ਤੇ ਨਾ ਉਹਨਾਂ ਦਾ ਪੀਟੀਸੀ ਚੈਨਲ ਦੇਖੋ। ਮਿਹਰਬਾਨੀ ਮਿਹਰਬਾਨੀ ਮੁਲਤਾਨੀ ਜੀ, ਤੁਹਾਡੀ ਗੱਲ ਬਹਿਣ ਬੜੀ ਸਪਸ਼ਟ ਹੋ ਗਈ ਆ, ਸਾਡੇ ਵਿਊਰਸ ਤੱਕ ਪਹੁੰਚ ਗਈ ਆ। ਮੈਂ ਤਾਂ ਇੱਥੇ ਉਹੀ ਕਹੂੰਗਾ ਕਿ ਵੋਟ ਜਿਹੜੀ ਆ ਬਿਲਕੁਲ ਸੋਚ ਸਮਝ ਕੇ ਸਾਨੂੰ ਪਾਉਣ ਦੀ ਲੋੜ ਆ। ਦੇਖਦੇ ਹਾਂ ਅਗਲੇ ਸੱਜਣ ਸਾਡੇ ਕੀ ਵਿਚਾਰ ਰੱਖਣਾ ਚਾਹੁੰਦੇ ਆ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਹਾਂਜੀ ਹਾਂਜੀ ਪ੍ਰਗਟ ਜੀ, ਸਤਿ ਸ਼੍ਰੀ ਅਕਾਲ। ਅਜੇ ਬੜਾ ਲੰਮਾ ਸਮਾਂ ਵੈਸੇ ਗਠਜੋੜ ਦੇ ਤੋਂ ਬਗੈਰ ਕੋਈ ਪਾਰਟੀ ਵੀ ਇਕੱਲੀ ਨਹੀਂ ਅੱਗੇ ਆ ਸਕਦੀ, ਵੇਖ ਹੀ ਲਿਆ ਤੁਸੀਂ ਬਿਹਾਰ 'ਚ ਜੀ, ਦਿੱਲੀ 'ਚ ਵੀ ਵੇਖ ਲਿਆ, ਇਕੱਲਾ ਕੇਜਰੀਵਾਲ ਨਹੀਂ ਜਿੱਤਿਆ, ਉੱਥੇ ਵੀ ਸਮਝ ਲਓ ਅੰਦਰੂਨੀ ਗਠਜੋੜ ਹੀ, ਹੁਣ ਬਿਹਾਰ 'ਚ ਇੰਨਾ ਗਠਜੋੜ ਕੀਤਾ ਕੋਈ ਡਿਵੈਲਪਮੈਂਟ ਦੀ ਵੱਖਰੀ ਗੱਲ ਹੈ। ਮੋਦੀ ਸਾਹਿਬ ਨੇ ਇੰਨੀ ਹੱਲਾ ਗੁੱਲਾ ਕੀਤਾ ਵੀ ਮੈਂ ਬੜਾ ਡਿਵੈਲਪਮੈਂਟ ਕਰਦੀ ਹੈ ਸਾਲ ਡੇਢ ਸਾਲ 'ਚ, ਉਹ ਵੀ ਜਿੱਤ ਸਕਦੇ ਜੀ, ਪਰ ਯੂਨੀਅਨ ਸਟਰੈਂਥ ਏਕਤਾ ਜੀ ਬਰਕਤ ਆ, ਜੇ ਇਹ ਵੀ ਅੱਗੇ ਗਠਜੋੜਨਾ ਹੀ ਪੰਜਾਬ 'ਚ 8-10 ਸਾਲ ਸਰਕਾਰ ਚਲਾ ਚੱਲੇ ਜੀ। ਬਿਲਕੁਲ ਜੀ, ਏਕਤਾ 'ਚ ਹੀ ਬਰਕਤ ਆ, ਸੋ ਮੇਰੇ ਖਿਆਲ ਇੱਥੇ ਵੀ ਗਠਜੋੜ ਕਰਨਾ ਹੀ ਪੈਣਾ ਵੈਸੇ ਤੇ, ਜੋ ਹਾਲਾਤ ਪੰਜਾਬ ਦੇ ਅਰਦਾਸ ਕਰੀਏ ਸਾਰੇ ਇਕੱਠੇ ਤੁਹਾਡੇ ਚੈਨਲ ਰਾਹੀਂ ਸਾਰੀ ਸੰਗਤ ਨੂੰ ਵੀ ਕਿਤੇ ਅਰਦਾਸ 'ਚ ਸੁੱਖਣਾ ਸੁੱਖ ਹੋਵੇ, ਸ਼ਾਂਤੀ ਆਵੇ ਪਹਿਲਾਂ ਜੀ। ਜੀ ਜੀ ਬਿਲਕੁਲ, ਪਹਿਲਾਂ ਸ਼ਾਂਤੀ ਆਵੇ ਔਰ ਉਸ ਤੋਂ ਬਾਅਦ ਫਿਰ ਲੋਕੀ ਇੰਨੇ ਚਾਅ ਨਾਲ ਬਾਦਲ ਸਾਹਿਬ ਨੂੰ ਲਿਆਂਦਾ ਸੀ, ਦੂਜੀ ਵਾਰ ਵੀ ਸ਼ਾਂਤੀ ਮਿਲੂਗੀ, ਲੋਕਾਂ ਨੂੰ ਸਹੂਲਤਾਂ ਮਿਲਣਗੀਆਂ, ਕਿਸਾਨ ਖੁਸ਼ਹਾਲ ਹੋਣਗੇ, ਖੁਦਕਸ਼ੀਆਂ ਤੋਂ ਬਚਣਗੇ, ਬੇਰੁਜ਼ਗਾਰੀ ਖਤਮ ਹੋਊ, ਪਰ ਕੁਝ ਵੀ ਨਹੀਂ ਹੋਇਆ ਜੀ। ਜੀ ਜੀ ਪ੍ਰਗਟ ਜੀ ਬਹੁਤ ਬਹੁਤ ਧੰਨਵਾਦ, ਤੁਹਾਡੇ ਵਿਚਾਰ ਬਿਲਕੁਲ ਸਪਸ਼ਟ ਹੈ, ਮੇਰੇ ਖਿਆਲ ਬਹੁਤ ਹੀ ਟਿੱਪਣੀ ਕਰਨ ਦੀ ਉਹਦੇ 'ਤੇ ਲੋੜ ਨਹੀਂ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਸ਼ਾਂਤੀ ਦੇ ਉੱਤੇ ਲਿਆਉਣ ਵਾਸਤੇ ਕੰਮ ਕਰਨਾ ਚਾਹੀਦਾ ਵਾ, ਔਰ ਉਸ ਤੋਂ ਬਾਅਦ ਏਕਤਾ 'ਚ ਹੀ ਬਰਕਤ ਆ। ਮੈਂ ਫਿਰ ਉਹੀ ਗੱਲ ਕਹੂੰਗਾ ਵੀ ਆਪਾਂ ਸੋਚ ਸਮਝ ਕੇ ਆਪਣੀ ਵੋਟ ਸਹੀ ਸ਼ਖਸ ਜਿਹੜੇ ਆ ਉਮੀਦਵਾਰ ਆ ਉਹਨਾਂ ਨੂੰ ਪਾਈਏ। ਦੇਖਦੇ ਹਾਂ ਅਗਲੇ ਸੱਜਣ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ ਹੈਲੋ, ਹਾਂਜੀ 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 ਭਾਅ ਜੀ ਸਤਿ ਸ਼੍ਰੀ ਅਕਾਲ, ਸੰਦੇ ਸਾਹਿਬ ਆਤਮਾ ਸਿੰਘ ਬੋਲ ਰਿਹਾ ਨਿਊ ਜਰਸੀ ਤੋਂ। ਹਾਂਜੀ ਆਤਮਾ ਸਿੰਘ ਜੀ ਸਤਿ ਸ਼੍ਰੀ ਅਕਾਲ, ਦੱਸੋ ਕੀ ਤੁਹਾਡਾ ਦ੍ਰਿਸ਼ਟੀਕੋਣ ਆ ਇਹ ਸਾਰੇ ਮਸਲੇ 'ਤੇ? ਦੇਖੋ ਦ੍ਰਿਸ਼ਟੀਕੋਣ ਤਾਂ ਚਲੋ ਤੁਹਾਡੇ ਨਾਲੋਂ ਸਿਆਣੇ ਨਹੀਂ ਗਏ, ਪਰ ਜਿੱਥੇ ਤਾਂ ਅਸੀਂ ਵੀ ਵਾਚ ਕਰਦੇ ਹਾਂ, ਬਿਹਾਰ 'ਚ ਕੋਈ ਇਲੈਕਸ਼ਨ ਨਹੀਂ ਹੋਇਆ, ਉਹ ਤੇ ਜੋ ਵੀ ਹੋਇਆ ਇੱਕ ਤਰ੍ਹਾਂ ਮੋਦੀ ਨੂੰ ਕਲੀਨ ਆਊਟ ਕਰਨ ਵਾਸਤੇ ਉੱਥੇ ਸਾਰੀਆਂ ਪਾਰਟੀਆਂ ਮਿਲੀਆਂ, ਇੱਕ ਤਾਂ ਸਭ ਤੋਂ ਵੱਡੀ ਗੱਲ ਹੈ। ਤੇ ਪੰਜਾਬ ਜਿਹੜਾ ਹੈ ਟੋਟਲੀ ਡਿਫਰੈਂਟ ਹੈ ਬਿਹਾਰ ਦੇ ਨਾਲੋਂ, ਪੰਜਾਬ ਦਾ ਜਿਹੜਾ ਲੋਕ ਹੈਗੇ ਉਹ ਜਾਗਰਤ ਆ ਬੜੇ ਪੁਰਾਣੇ ਜੀ, ਉੱਥੇ ਬਹੁਤ ਸਾਰੇ ਮਸਲੇ ਆ, ਪਰ ਜਿਹੜੇ ਹੁਣ ਜਿਸ ਹਿਸਾਬ ਨਾਲ ਉੱਥੇ ਮਸਲਾ ਚੱਲ ਰਿਹਾ ਹੈ ਰਾਜਨੀਤੀ ਦੇ ਵਿੱਚ, ਧਰਮ ਦਾ ਬਹੁਤ ਇੰਟਰਫੇਰੈਂਸ ਹੋ ਚੁੱਕਿਆ ਜੀ, ਤੇ ਇੰਨੇ ਮਾੜੇ ਹਾਲਾਤ ਹੋ ਗਏ ਆ, ਮੈਨੂੰ ਤੇ 30-35 ਸਾਲ ਵਾਲੇ ਪੁਰਾਣੇ ਹਾਲਾਤ ਲੱਗ ਰਹੇ ਆ ਆਉਣ ਵਾਲੇ ਸਮੇਂ 'ਚ। ਤੇ ਇਲੈਕਸ਼ਨ ਤਾਂ ਮੇਰੇ ਖਿਆਲ ਨਾਲ ਨਹੀਂ ਹੁੰਦੀ, ਰਾਸ਼ਟਰਪਤੀ ਸ਼ਾਸਨ ਲੱਗਣ ਦੇ ਜ਼ਰੂਰੀ ਅਸਾਰ ਲੱਗਣ ਦੇ, ਕਿਉਂਕਿ ਬਾਦਲ ਉਹਨਾਂ ਨੇ ਜੇ ਜਾਣਾ ਉਹ ਕਹਿੰਦੇ ਨਾ ਖੇਡਣਾ ਨਾ ਖੇਡਣ ਦੇਣਾ, ਉਹ ਵਾਲੀ ਕਹਾਵਤ ਆ ਇਹਨਾਂ ਨੇ ਜਾਂਦੇ ਜਾਂਦੇ ਪੰਜਾਬ ਦਾ ਸੱਤਿਆ ਨਾਸ ਕਰਦੇ ਹੋਏ,
ਇਹਨਾਂ ਨੇ ਤਕਰੀਬਨ ਰਾਸ਼ਟਰਪਤੀ ਸ਼ਾਸਨ ਲਵਾ ਕੇ ਜਾਣਾ ਉੱਥੇ। ਵੇਖੋ, ਆਪਾਂ ਆਸ ਤਾਂ ਇਹੋ ਹੀ ਕਰੀਏ ਕਿ ਜੇ ਚੋਣਾਂ 2017 ਤੋਂ ਪਹਿਲਾਂ ਨਾ ਹੋਣ ਤਾਂ ਐਟਲੀਸਟ 2017 ਜਨਵਰੀ ਫਰਵਰੀ 'ਚ ਜਦੋਂ ਮਿੱਥੀਆਂ ਵਾ ਉਦੋਂ ਜ਼ਰੂਰ ਹੋਣ। ਇਹ ਨਾ ਹੋਵੇ ਕਿ ਰਾਸ਼ਟਰਪਤੀ ਰਾਜ ਲੱਗ ਜਾਵੇ ਔਰ ਫਿਰ ਲੰਬਾ ਦੌਰ ਰਾਸ਼ਟਰਪਤੀ ਰਾਜ ਦਾ ਰਹੇ। ਜਦੋਂ ਜਦੋਂ ਰਾਸ਼ਟਰਪਤੀ ਰਾਜ ਲੱਗਾ ਵਾ ਇੱਥੇ ਉਦੋਂ ਰਾਜ ਦਾ ਨੁਕਸਾਨ ਹੀ ਹੋਇਆ ਵਾ, ਹੋਰ ਵੀ ਨੁਕਸਾਨ ਹੋਇਆ। ਪਿਛਲੇ ਕੁਝ ਸਾਲਾਂ 'ਚ ਲੋਕਾਂ ਨੂੰ ਫੀਲਿੰਗ ਆ ਕਿ ਬਹੁਤਾ ਚੰਗਾ ਕੰਮ ਨਹੀਂ ਹੋਇਆ। ਕੁਝ ਲੋਕ ਫੀਲ ਕਰਦੇ ਆ ਵੀ ਬੜੀਆਂ ਸੜਕਾਂ ਬਣੀਆਂ, ਬੜਾ ਚੰਗਾ ਕੰਮ ਹੋਇਆ ਪਰ, ਲੇਕਿਨ ਰਾਸ਼ਟਰਪਤੀ ਰਾਜ ਜਿਹੜਾ ਵਾ ਉਹ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ ਮੇਰੇ ਹਿਸਾਬ ਨਾਲ ਨਹੀਂ ਲੱਗਣਾ ਚਾਹੀਦਾ। ਸੋ ਅਸੀਂ ਤਾਂ ਇਹੋ ਹੀ ਕਹਾਂਗੇ ਕਿ ਰਾਸ਼ਟਰਪਤੀ ਰਾਜ ਨਹੀਂ ਲੱਗਣਾ ਚਾਹੀਦਾ। ਬਾਕੀ ਇਹ ਠੀਕ ਆ ਗੱਲ ਤੁਹਾਡੀ ਕਿ ਪੰਜਾਬ ਔਰ ਬਿਹਾਰ ਦੇ ਵਿੱਚ ਬਹੁਤ ਫਰਕ ਆ। ਮੈਂ ਇਹਦੇ ਬਾਰੇ ਥੋੜ੍ਹੀ ਦੇਰ ਤੱਕ ਮੈਂ ਤੁਹਾਨੂੰ ਦੱਸਦਾ ਵੀ ਹਾਂ ਵੀ ਮੇਰੇ ਹਿਸਾਬ ਨਾਲ ਕੀ ਫਰਕ ਆ, ਲੇਕਿਨ ਫਰਕ ਜ਼ਰੂਰ ਹੈ। ਪਰ ਫਿਰ ਵੀ ਮੇਰੇ ਖਿਆਲ ਇੱਕ ਸਬਕ ਆਪਾਂ ਜ਼ਰੂਰ ਲੈ ਸਕਦੇ ਹਾਂ ਬਿਹਾਰ ਤੋਂ ਵੀ ਜੇ ਤੁਸੀਂ ਬਦਲਾਵ ਲਿਆਉਣਾ ਵਾ ਤਾਂ ਫਿਰ ਮੇਰੇ ਖਿਆਲ ਸਾਰਿਆਂ ਵਿਰੋਧੀ ਧਿਰਾਂ ਨੂੰ ਇਕੱਠੇ ਹੋਣਾ ਪਊਗਾ। ਦੇਖਦੇ ਹਾਂ ਅਗਲੇ ਸੱਜਣ ਕੀ ਵਿਚਾਰ ਰੱਖਣਾ ਚਾਹੁੰਦੇ ਆ। ਹੈਲੋ ਹੈਲੋ, ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਅਜੀਤ ਸਿੰਘ ਧਾਲੀਵਾਲ ਬੋਲਦਾ ਜੀ, ਅੱਜ ਫਿਰ ਤੁਹਾਡੀ ਕਾਲ ਲੱਗ ਗਈ। ਹਾਂਜੀ ਹਾਂਜੀ ਹਾਂਜੀ, ਧਾਲੀਵਾਲ ਜੀ ਸਵਾਗਤ ਹੈ। ਮੈਂ ਤੁਹਾਡਾ ਵਿਸ਼ੇ ਤੇ ਮੈਂ ਤਾਂ ਸਿਰਫ ਇੰਨਾ ਕਹਿਣਾ ਚਾਹੁੰਦਾ ਵੀ ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਹੈ ਨਾ ਕੈਨੇਡਾ ਦੀ ਡੈਮੋਕ੍ਰੇਸੀ ਦੀ, ਜੀ ਡੈਮੋਕ੍ਰੇਸੀ ਦੇ ਪਿੱਛੇ ਜਿਹੜੇ ਇੱਕ ਜਿਹੜੇ ਬੇਸਿਕ ਜਿਹੜੇ ਰੂਲ ਨੇ ਨਾ ਉਹ ਪੰਜਾਬ 'ਚ ਇੰਡੀਆ 'ਚ ਉਹ ਬੜੇ ਪਿੱਛੇ ਨੇ। ਉਹ ਉੱਥੇ ਡੈਮੋਕ੍ਰੇਸੀ ਉੱਤੇ ਸਰਫਸ ਦੇ ਉੱਤੇ ਤਾਂ ਡੈਮੋਕ੍ਰੇਸੀ ਹੈਗੀ ਆ, ਪਰ ਅੰਦਰੋਂ ਜਿਹੜਾ ਉਹ ਸਿਸਟਮ ਆ ਉਹਨੂੰ ਉਹ ਇੰਨੀ ਕਰਪਸ਼ਨ ਆ ਉਹਦੇ ਵਿੱਚ ਕਿ ਫਾਰ ਐਗਜ਼ਾਮਪਲ ਕਿ ਕੋਈ ਵੀ ਚੋਣਾਂ ਹੁੰਦੀਆਂ ਜਿਵੇਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਸੀ ਜੀ, ਕਿ ਇੱਕ ਪਾਸੇ ਇਹ ਕਿਹਾ ਜਾ ਰਿਹਾ ਸੀ ਕਿ ਸਿਰਫ ਅੰਮ੍ਰਿਤਧਾਰੀ ਤੇ ਸਾਬਤ ਸੂਰ ਸਿੱਖ ਵੋਟਾਂ ਪਾ ਸਕਦੇ ਨੇ ਜੀ, ਤੇ ਦੂਜੇ ਪਾਸੇ ਜਿਹੜਾ ਨਿਜ਼ਾਮ ਆ ਜਿਹਦਾ ਉੱਥੇ ਸਰਕਾਰ ਸੀ ਉਹਦੇ ਬੰਦੇ ਜਿਹੜੇ ਮੋਨੇ ਵੀ ਜਿਹੜੇ ਉਹ ਵੋਟਾਂ ਪਾ ਰਹੇ ਨੇ। ਸੋ ਜੇ ਡੈਮੋਕ੍ਰੇਸੀ ਸਹੀ ਤਰੀਕੇ ਨਾਲ ਅਪਲਾਈ ਹੋਵੇ ਫਿਰ ਜਿਹੜਾ ਇੱਥੇ USA ਦੇ ਵਿੱਚ ਇੱਕ ਗਵਰਨਰ ਸੀ ਉਹਨੇ ਜਦੋਂ ਆਪਣੇ ਓਬਾਮਾ 'ਚ ਬਣਿਆ ਸੀਗਾ ਆਪਣੇ ਰਾਸ਼ਟਰਪਤੀ ਅਤੇ ਉਹਨੇ ਉਹਦੀ ਉਹਦੇ 'ਚ ਕਰਪਸ਼ਨ ਲੈਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹ ਅਜੇ ਸਾਲ ਅੰਦਰ ਬੈਠਾ, ਕਿੰਨੇ ਸਾਲ ਹੋ ਗਏ ਅੰਦਰ ਬੈਠੇ। ਅਤੇ ਉੱਥੇ ਜਿਹੜੇ ਇਹ ਜਿੰਨੇ ਵੀ ਸਾਰੀਆਂ ਪਾਰਟੀਆਂ ਕਰਦੀਆਂ ਇੱਕ ਤੋਂ ਇੱਕ ਵੱਧ ਕੇ ਜਿਹੜਾ ਇਲੈਕਸ਼ਨ ਨੂੰ ਇਸ ਤਰੀਕੇ ਨਾਲ ਕਰਪਸ਼ਨ ਕੀਤੀ ਜਾਂਦੀ ਹੈ ਕਿ ਜੇ ਉਸ ਤਰ੍ਹਾਂ ਦੇ ਕੇਸ ਇਹ ਕੈਨੇਡਾ ਅਮੈਰੀਕਾ ਦੇ ਉਹ ਮੁਲਕਾਂ ਦੇ ਵਿੱਚ ਹੋਣ ਤਾਂ ਇਹ ਲੋਕ 20-20 ਸਾਲਾਂ ਲਈ ਅੰਦਰ ਬੈਠੇ ਹੋਣ ਟੂ ਸੈਬੋਟਾਜ ਦਾ ਡੈਮੋਕ੍ਰੇਸੀ ਕਿ ਕਿਸੇ ਨੂੰ ਤੁਸੀਂ ਪੈਸੇ ਦੇ ਕੇ ਵੋਟਾਂ ਪਵਾ ਰਹੇ ਹੋ, ਕਿਸੇ ਨੂੰ ਤੁਸੀਂ ਫਾਰ ਐਗਜ਼ਾਮਪਲ ਸ਼੍ਰੋਮਣੀ ਕਮੇਟੀ ਦਾ ਵੀ ਜੇ ਕੋਈ ਬੰਦਾ ਖੜਦਾ ਸੀ ਤੇ ਮਜੀਠੀਆ ਸਾਹਿਬ ਹੁਣ ਇਹਨੂੰ ਡਰਾ ਕੇ ਬਿਠਾ ਦਿੰਦੇ ਸੀ ਜਾਂ ਉਹਨੂੰ ਪੈਸੇ ਦੇ ਕੇ ਬਿਠਾ ਦਿੰਦੇ ਸੀ। ਸੋ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਹ ਡੈਮੋਕ੍ਰੇਸੀ ਤੋਂ ਪਹਿਲਾਂ ਸਗਾਂ ਇਹ ਇਸਟੈਬਲਿਸ਼ ਹੋਣ ਤਾਂ ਡੈਮੋਕ੍ਰੇਸੀ ਫਿਰ ਲੋਕੀ ਉਹਨੂੰ ਮੰਨਦੇ ਨੇ, ਨਹੀਂ ਤਾਂ ਫਿਰ ਗੁੱਸਾ ਹੁੰਦਾ ਜਿਹੜਾ ਇਹ ਸਰਬੱਤ ਖਾਲਸਾ ਵੀ ਇੱਕ ਕਿਸਮ ਦਾ ਇਹਨਾਂ ਚੀਜ਼ਾਂ ਦੇ ਵਿੱਚੋਂ ਉਪਜਿਆ ਹੋਇਆ ਇੱਕ ਗੁੱਸਾ ਹੀ ਆ ਕਿ ਕੋਈ ਵੀ ਸਿਸਟਮ ਜਿਹੜਾ ਸਹੀ ਨਹੀਂ ਹੈਗਾ। ਇੱਕ ਪਾਸੇ ਉਹ ਸਾਰੇ ਫੈਸਲੇ ਅਕਾਲ ਤਖ਼ਤ ਤੋਂ ਕਰਾ ਰਹੇ ਨੇ ਪਰ ਦੂਜੇ ਪਾਸੇ ਡਿਨਾਈ ਕਰ ਰਹੇ ਨੇ ਕਿ ਸਾਡੀ ਕੋਈ ਇੰਟਰਫੀਅਰੈਂਸ ਨਹੀਂ ਹੈਗੀ ਜੀ ਜੀ, ਤੇ ਜਿਹੜਾ ਆਮ ਬੰਦਾ ਉਹਨੂੰ ਸਮਝਦਾ ਉਹਨੂੰ ਜਦੋਂ ਫਿਰ ਉਹ ਮੌਕਾ ਮਿਲਦਾ ਉਹਨੂੰ ਰੋਹ ਆਪਦਾ ਕੱਢਣ ਦਾ ਤਾਂ ਉਹ ਕੱਢਦਾ। ਇਸੇ ਇਹ ਸਰਬੱਤ ਖਾਲਸੇ ਦੇ ਵਿੱਚ ਇੱਕ ਕਿਸਮ ਦਾ ਲੋਕਾਂ ਨੇ ਅਕਾਲੀ ਦਲ ਦੇ ਖਿਲਾਫ ਇੱਕ ਇਕੱਠ ਕਰਕੇ ਆਈ ਹੋਪ ਕਿ ਵੀ ਇਹੀ ਜਿਹੜਾ ਰੋਹ ਆ ਇਹਨੂੰ ਜਿਹੜਾ ਉਹ ਇਲੈਕਸ਼ਨਾਂ ਦੇ ਵਿੱਚ ਵੀ ਵਰਤ ਸਕਣ ਅਤੇ ਜਿਹੜੀ ਅਪੋਜੀਸ਼ਨ ਆ ਉਹ ਕੋਈ ਸੁਚੇ ਢੰਗ ਨਾਲ ਇਕੱਠੀ ਹੋ ਕੇ ਇਹਨਾਂ ਦੇ ਖਿਲਾਫ ਆ ਸਕੇ ਜੀ। ਅਤੇ ਇਹਨਾਂ ਦਾ ਸੋ ਫਾਰ ਆਈ ਕੈਨ ਸੇ ਕਿ ਸੋ ਫਾਰ ਧਰਮ ਦੇ ਨਾਂ 'ਤੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਸਭ ਤੋਂ ਜਿਹੜਾ ਵਰਸ ਮੇਰਾ ਖਿਆਲ ਆ ਵੀ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਰਹੀ ਆ, ਉਸ ਖਾਸ ਕਰਕੇ ਅਮਰ ਸਿੰਘ ਓਪਨਲੀ
ਕਿ ਸੁਖਬੀਰ ਸਿੰਘ ਬਾਦਲ ਨੇ ਉਦੋਂ ਵੀ ਦੋ ਕਦਮ ਅੱਗੇ ਜਾ ਕੇ ਜਿਹੜਾ ਸਿਸਟਮ ਆ ਉਹਨੂੰ ਉਹ ਕ੍ਰਿਮੀਨਲਾਈਜ਼ ਕਰਤਾ ਪੋਲੀਟਿਕਸ ਨੂੰ ਜੀ। ਸ਼ਾਇਦ ਇਸੇ ਕਰਕੇ ਜੋ ਤੁਸੀਂ ਅਜੀਤ ਸਿੰਘ ਜੀ ਕਹਿ ਰਹੇ ਜੀ, ਇਸੇ ਕਰਕੇ ਇੱਕ ਬਦਲਾਵ ਦਾ ਮਾਹੌਲ ਜਿਹਾ ਬਣ ਰਿਹਾ ਵਾ, ਨਾਲ ਨਾਲ ਕੁਝ ਹੋਰ ਤਣਾਅ ਦਾ ਮਾਹੌਲ ਵੀ ਬਣ ਗਿਆ ਵਾ। ਸੋ ਆਸ ਇਹੋ ਹੀ ਕਰੀਏ ਵੀ ਤਣਾਅ ਦਾ ਮਾਹੌਲ ਖਤਮ ਹੋਵੇ, ਅਮਨ ਸ਼ਾਂਤੀ ਆਵੇ ਅਤੇ ਆਪਾਂ ਲੋਕਾਂ ਦੀਆਂ ਹੁਣ ਚੋਣਾਂ ਵੱਲ, ਜਿਹੜੀਆਂ ਚੋਣਾਂ ਦਾ ਜਿਹੜਾ ਸਿਸਟਮ ਹੈ ਸਿਲਸਿਲਾ ਵਾ, ਉਸ ਰੁਝਾਨ ਵੱਲ ਨੂੰ ਆਪਾਂ ਵਧੀਏ, ਕਿਉਂਕਿ ਜੇ ਬਦਲਾਵ ਲਿਆਉਣਾ ਚਾਹੁੰਦੇ ਆ, ਜੇ ਲੋਕ ਲਿਆਉਣਾ ਚਾਹੁੰਦੇ ਆ, ਤਾਂ ਉਹਦੇ ਵਾਸਤੇ ਪਹਿਲਾਂ ਸ਼ਾਂਤੀ ਲਿਆਉਣੀ ਜਿਹੜੀ ਆ ਉਹ ਬਹੁਤ ਲਾਜ਼ਮੀ ਆ। ਇੱਕ ਹੋਰ ਕਾਲ ਲੈ ਕੇ ਅਤੇ ਫਿਰ ਅਸੀਂ ਛੋਟੀ ਜਿਹੀ ਬ੍ਰੇਕ ਲਵਾਂਗੇ। ਹੈਲੋ ਹੈਲੋ, ਕਨਵਰ ਸਿੰਘ ਜੀ, ਸਰਦਾਰ ਕਨਵਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਭਾਈ ਸਾਹਿਬ, ਗੁਰਫਤਿਹ ਜੀ। ਮੈਂ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਚਾਹੂੰਗਾ ਕਿ ਕਿਉਂਕਿ ਅੱਜ ਦੇ ਸਮੇਂ ਦੇ ਪੰਜਾਬ ਦੇ ਵਿੱਚ ਬਹੁਤ ਹੀ ਭੈੜੀ ਹਾਲਤ ਹੈ। ਬਿਹਾਰ ਦੀਆਂ ਚੋਣਾਂ ਲੈ ਲਓ, ਉੱਥੇ ਵੀ ਰਾਜਨੀਤਿਕਾਂ ਦਾ ਕਈ ਪੈਂਤਰੇ ਬਦਲਦੇ, ਕਈ ਕੁਛ ਕਰਦੇ ਆ, ਪਰ ਅੱਜ ਜਿਹੜੀਆਂ ਗੱਲਾਂ ਸੁਖਬੀਰ ਬਾਦਲ ਨੇ ਕਹੀਆਂ ਨੇ ਉਹ ਬਹੁਤ ਹੀ ਚਿੰਤਾਜਨਕ ਆ। ਉਹ ਕਹਿੰਦਾ ਜੀ ਮੈਂ ਐਂ ਕਰ ਦੂੰਗਾ, ਜਿਉਂ ਕਰ ਦੂੰਗਾ, ਪਰ ਉਹ ਗਲਤ ਗੱਲ ਹੈ ਕਿ ਜੇ ਰਾਜਾ ਹੀ ਪਰਜਾ ਨੂੰ ਮਾਰਨਾ ਸ਼ੁਰੂ ਕਰਦੇ ਤਾਂ ਪਰਜਾ ਕਿੱਧਰ ਨੂੰ ਜਾਵੇ, ਇਹਨੇ ਤਾਂ ਰੋਸ ਕਰਨਾ ਹੀ ਹੈ। ਕਿਉਂਕਿ ਜੇ ਤੁਸੀਂ ਕਿਸੇ ਬੰਦੇ ਦੇ ਸੂਈਆਂ ਮਾਰੋਗੇ 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 ਤਾਂ ਉਹ ਕਦੇ ਚੀਕ ਮਾਰੂਗਾ ਹੀ ਨਾ, ਉਸਨੇ ਚੀਕ ਮਾਰਨੀ ਹੈ। ਥੋੜੀ ਦਿਨ ਥੋੜਾ ਹੀ ਘੰਟਾ ਹੋਇਆ, ਘੰਟਾ ਡੇਢ ਘੰਟੇ ਦੀ ਗੱਲ ਹੈ ਕਿ ਪੈਰਿਸ ਦੇ ਉੱਤੇ ਇੱਕ ਬਹੁਤ ਵੱਡਾ ਅੱਤਵਾਦੀ ਹਮਲਾ ਹੋਇਆ ਜੀ, ਜਿਹਦੇ ਵਿੱਚ 120 ਤੋਂ ਉੱਪਰ ਬੰਦੇ ਮਾਰੇ ਗਏ ਤੇ ਹੋਰ ਵੀ ਮੇਰੇ ਖਿਆਲ ਬਹੁਤ ਦਰਜਣਾਂ ਦੀ ਕੀਮਤ ਵਿੱਚ ਗਲੇ। ਇਹ ਸਾਰਾ ਇਹ ਗਲਤ ਸਹਿਮੀਆਂ ਦੇ ਨਾਲ, ਗੁੱਸੇ ਦੇ ਨਾਲ ਸਭ ਕੁਛ ਚੱਲਦਾ ਹੈ। ਸਾਡੇ ਕੋਲ ਇੱਕ ਬਹੁਤ ਵੱਡੀ ਹਮੀਅਤ ਆ ਗੁਰੂ ਸਾਹਿਬ ਨੇ, ਕਲੰਕ ਗੁਰੂ ਗ੍ਰੰਥ ਸਾਹਿਬ, ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਹੈ ਕਿ ਆਓ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਵਿਲ ਲਿਵਲਾਈ। ਸਾਨੂੰ ਉਸ ਦੇ ਉੱਤੇ ਇਹਨਾਂ ਸਾਰੇ ਬਾਦਲਾਂ ਨੂੰ ਵੀ ਤੇ ਜਥੇਦਾਰਾਂ ਨੂੰ ਵੀ ਤੇ ਸ਼੍ਰੋਮਣੀ ਕਮੇਟੀ ਨੂੰ ਮਿਲ ਮਿਲ ਕੇ ਆਪਣੇ ਵੀਰਾਂ ਨੂੰ ਜਿਹੜੇ ਗੁੱਸੇ ਵਿੱਚ ਆ ਉਹਨਾਂ ਨੂੰ ਸ਼ਾਂਤ ਵਿੱਚ ਲੈ ਕੇ ਆਉਣਾ ਚਾਹੀਦਾ, ਉਹਨਾਂ ਦੀਆਂ ਮੰਗਾਂ ਵੀ ਮੰਨ ਲੈਣੀਆਂ ਚਾਹੀਦੀਆਂ, ਆਪਦਾ ਵੀ ਕੁਛ ਮੰਨਣਾ ਚਾਹੀਦਾ। ਜੇ ਤੁਸੀਂ ਇਸ ਤਰ੍ਹਾਂ ਲੜਦੇ ਰਹੇ, ਨੁਕਸਾਨ ਕੀਦਾ ਸਾਡਾ, ਆਪਣੇ ਦਾ, ਆਪਣੇ ਸਿੱਖਾਂ ਦਾ, ਆਪਣੇ ਵੀਰਾਂ ਦਾ, ਆਪਣੇ ਸਾਰਿਆਂ ਬੰਦਿਆਂ ਦਾ, ਸਾਰਿਆਂ ਦਾ। ਹੁਣ ਉਹਨਾਂ ਨੇ ਬਿਨਾਂ ਮਤਲਬ ਤੋਂ ਸਾਰੇ ਬੰਦਿਆਂ ਨੂੰ ਫੜਨਾ ਸ਼ੁਰੂ ਕੀਤਾ, ਕਿਉਂ ਫੜਨਾ ਸ਼ੁਰੂ ਕੀਤਾ ਉਹ ਕਿਤੇ ਘੱਟ ਹੈ। ਇੱਕ ਮੈਨੂੰ ਹੋਰ ਖਬਰ ਮਿਲੀ ਹੈ ਕਿ ਇੱਕ ਬੀਬੀ ਸ਼੍ਰੋਮਣੀ ਕਮੇਟੀ ਦੀ ਸੀ, ਜਿਸ ਨੇ ਉਹਨੇ ਕਿਹਾ ਕਿ ਜਿੱਥੇ ਸਰਬੱਤ ਖਾਲਸਾ ਹੋਇਆ ਉਹ ਮੱਸੇ ਰੰਗੜ ਦੀ ਧਰਤੀ ਹੈ, ਜ਼ਮੀਨ ਹੈ। ਮੈਂ ਉਸ ਬੀਬੀ 'ਚ ਇੱਕ ਸਵਾਲ ਕਰਨਾ ਚਾਹੁੰਦਾ, ਬੀਬੀ ਤੂੰ ਵੀ ਤਾਂ ਮੱਥੇ ਰੰਗੜ ਦੀ ਕਿਤੇ ਸੰਤਾਨ ਵਿੱਚੋਂ ਹੋਏਗੀ ਜਾਂ ਉਹਨਾਂ ਦੀ ਨਾਤੀ ਪੋਤੀ ਹੋਏਗੀ, ਕਿਉਂਕਿ ਇਹ ਵੀ ਤਾਂ ਗੱਲ ਹੋ ਸਕਦੀ, ਤਾਂ ਹੀ ਤੈਨੂੰ ਜਾਣਕਾਰੀ ਉਹਦੇ ਬਾਰੇ ਵੀ, ਹਾਂ ਮੱਥਾ ਰੰਗੜ ਦੀ ਧਰਤੀ ਹੈ। ਅਫਸੋਸ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਵਾਲੇ ਵੀ ਦੀ ਇਹ ਜਿਹੜੇ ਨੁਮਾਇੰਦੇ ਉਹ ਵੀ ਆ ਕੇ ਇਹੋ ਜਿਹੀਆਂ ਗੱਲਾਂ ਕਰਦੇ ਆ। ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਾਨੂੰ, ਕਿਸੇ ਨੂੰ ਵੀ ਇਹ ਬਿਆਨਬਾਜ਼ੀ ਗਲਤ ਨਹੀਂ ਕਰਨੀ ਚਾਹੀਦੀ। ਮੈਂ ਅਫਸੋਸ ਨਾਲ ਕਹਿੰਦਾ ਕਿ ਸਾਡਾ ਪੰਜਾਬ ਅੱਜ ਜਲ ਰਿਹਾ, ਜਿਸ ਨੂੰ ਗੁਰੂ ਸਾਹਿਬ ਦਾ ਉਸ ਆਸਰਾ ਲੈ ਕਰਕੇ ਹੀ ਅਸੀਂ ਅੱਗੇ ਵੱਧ ਸਕਦੇ ਹਾਂ। ਮਾਫ ਕਰਨਾ, ਵਾਹਿਗੁਰੂ ਜੀ ਕਾ ਖਾਲਸਾ, ਮਿਹਰਬਾਨੀ ਭਾਈ ਸਾਹਿਬ, ਮਿਹਰਬਾਨੀ। ਬਿਲਕੁਲ, ਸਾਨੂੰ ਆਪਸ ਦੇ ਵਿੱਚ ਲੜਨਾ ਝਗੜਨਾ ਨਹੀਂ ਚਾਹੀਦਾ, ਵਿਚਾਰ ਵਟਾਂਦਰੇ ਦੇ ਨਾਲ ਮਸਲੇ ਜਿਹੜੇ ਆ ਡੈਫੀਨੇਟਲੀ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਪਰ ਬ੍ਰੇਕ ਜਾਣ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਅਨਾਊਂਸਮੈਂਟ ਕਰਨੀ ਚਾਹੁੰਦਾ ਵਾਂ ਕਿ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਜਿਹੜਾ ਚੈਨਲ ਪੰਜਾਬੀ ਆ ਉਹਦਾ ਰੋਜਰ ਉੱਤੇ ਜਿਹੜਾ ਰੋਜਰ ਪਲੈਟਫਾਰਮ ਆ ਉਹਦੇ 'ਤੇ ਫ੍ਰੀ ਪ੍ਰੀਵਿਊ ਜਿਹੜਾ ਚੱਲ ਰਿਹਾ ਸੀ ਉਹ 16 ਨਵੰਬਰ ਨੂੰ ਖਤਮ ਹੋ ਰਿਹਾ। ਜਿਹੜੇ ਵਿਊਅਰਸ ਨੇ ਸਾਡੇ ਪ੍ਰੋਗਰਾਮ ਦੇਖਣੇ ਆ, ਹੈਲੋ ਗਲੋਬਲ ਪੰਜਾਬ ਜਾਂ ਬਾਕੀ ਪ੍ਰੋਗਰਾਮ ਕੈਨੇਡਾ ਦੇ ਵਿੱਚ ਚੈਨਲ ਪੰਜਾਬੀ 'ਤੇ ਦੇਖਣੇ ਚਾਹੁੰਦੇ ਆ, ਕਿਉਂਕਿ ਹੁਣ ਤੁਸੀਂ ਉਹ ਫ੍ਰੀ ਪ੍ਰੀਵਿਊ ਦੇ ਜ਼ਰੀਏ ਦੇਖ ਰਹੇ ਸੀ ਕੈਨੇਡਾ ਦੇ ਵਿੱਚ, ਜੇ ਦੇਖਣਾ ਚਾਹੁੰਦੇ ਜੇ ਤਾਂ ਚੈਨਲ ਪੰਜਾਬੀ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਵਾ, ਅਤੇ ਤੁਸੀਂ, ਮੈਂ ਟੈਲੀਫੋਨ ਨੰਬਰ ਦੱਸਣ ਲੱਗਾ ਵਾਂ, ਨੋਟ ਕਰ ਲਓ, ਪੈੱਨ ਲੈ ਲਓ,
ਕਾਗਜ਼ ਲੈ ਲਓ, ਇਹ ਟੈਲੀਫੋਨ ਨੰਬਰ 'ਤੇ ਤੁਸੀਂ ਕਾਲ ਕਰਕੇ ਤੁਸੀਂ ਫ੍ਰੀ ਤੁਸੀਂ ਸਬਸਕ੍ਰਾਈਬ ਕਰ ਸਕਦੇ। ਹੁਣ ਤੱਕ ਤੁਸੀਂ ਫ੍ਰੀ ਪ੍ਰੀਵਿਊ ਦੇਖ ਰਹੇ ਸੀ, ਹੁਣ ਤੁਸੀਂ ਇਸ ਚੈਨਲ ਨੂੰ, ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰ ਸਕਦੇ ਜੀ। ਇਹ ਨੰਬਰ ਹੈ 1-888-764-3771। ਮੈਂ ਨੰਬਰ ਇੱਕ ਵਾਰੀ ਫਿਰ ਦੁਹਰਾ ਦੇਣਾ, 1-888-764-3771। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰ ਸਕਦੇ ਜੇ। ਜਿਵੇਂ ਮੈਂ ਅੱਗੇ ਕਿਹਾ ਸੀ, ਹੁਣ ਹੋ ਗਿਆ ਸਮਾਂ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਬਿਹਾਰ ਚੋਣਾਂ ਦਾ ਸਬਕ ਪੰਜਾਬ ਦੇ ਉੱਤੇ ਕੀ ਆ, ਇਹਦੇ 'ਤੇ ਆਪਾਂ ਵਿਚਾਰ ਚਰਚਾ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ 'ਚ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਬਿਹਾਰ ਦੀਆਂ ਚੋਣਾਂ ਦੀ। ਚੋਣ ਨਤੀਜਿਆਂ ਦੇ ਵਿੱਚ ਜੋ ਵੇਖਣ ਨੂੰ ਮਿਲਿਆ ਵਾ ਉਹ ਇਹ ਆ ਕਿ ਵਿਰੋਧੀ ਧਿਰ, ਕਿਉਂਕਿ ਇਕੱਠੇ ਸੀ ਇਸੇ ਕਰਕੇ ਉਹਨਾਂ ਨੂੰ ਸ਼ਾਨਦਾਰ ਜਿੱਤ ਉੱਥੇ ਹਾਸਲ ਹੋਈ ਆ, ਕਿ ਇਹੋ ਹੀ ਚੀਜ਼ ਪੰਜਾਬ 'ਚ ਹੋ ਸਕਦੀ ਹੈ? ਇਹ ਮਸਲਾ ਅਸੀਂ ਵਿਚਾਰ ਰਹੇ ਹਾਂ। ਇਹ ਮਸਲਾ ਇੱਕ ਵਾਰੀ ਫਿਰ ਵਿਚਾਰਨ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਅਨਾਊਂਸਮੈਂਟ ਇੱਕ ਵਾਰੀ ਫਿਰ ਕਰਨੀ ਚਾਹੁੰਦਾ ਹਾਂ ਕਿ ਚੈਨਲ ਪੰਜਾਬੀ ਜਿਹੜਾ ਕੈਨੇਡਾ ਦਾ ਚੈਨਲ ਆ, ਚੈਨਲ ਪੰਜਾਬੀ ਦਾ ਰੋਜਰ ਉੱਤੇ ਜਿਹੜਾ ਫ੍ਰੀ ਪ੍ਰੀਵਿਊ ਚੱਲ ਰਿਹਾ ਸੀਗਾ ਉਹ 16 ਨਵੰਬਰ ਨੂੰ ਖਤਮ ਹੋ ਰਿਹਾ। ਸੋ ਜੇ ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲੱਗੇ, ਜੇ ਤੁਸੀਂ ਇਹ ਪ੍ਰੋਗਰਾਮ ਦੇਖਣਾ ਚਾਹੁੰਦੇ ਜੇ ਤੁਸੀਂ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਵਾ, ਜੇ ਹੈਲੋ ਗਲੋਬਲ ਪੰਜਾਬ ਔਰ ਬਾਕੀ ਪ੍ਰੋਗਰਾਮ ਦੇਖਣਾ ਚਾਹੁੰਦੇ ਜੇ, ਤਾਂ ਤੁਸੀਂ ਇੱਕ ਟੈਲੀਫੋਨ ਨੰਬਰ ਮੈਂ ਦੱਸ ਰਿਹਾ ਵਾਂ, ਉੱਥੇ ਕਾਲ ਕਰਕੇ ਤੁਸੀਂ ਸਬਸਕ੍ਰਾਈਬ ਚੈਨਲ ਪੰਜਾਬੀ ਨੂੰ ਕਰ ਸਕਦੇ ਜੇ। ਇਹ ਟੈਲੀਫੋਨ ਨੰਬਰ ਹੈ 1-888-764-3771। ਮੈਂ ਅੰਗਰੇਜ਼ੀ 'ਚ ਹੀ ਦੱਸ ਦਿੰਦਾ ਨੰਬਰ, 1-888-764-3771। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕੈਨੇਡਾ ਦੇ ਵਿੱਚ ਕਰ ਸਕਦੇ ਜੇ। ਆਪਾਂ ਗੱਲ ਕਰ ਰਹੇ ਹਾਂ ਹੁਣ ਬਿਹਾਰ ਦੀਆਂ ਚੋਣਾਂ ਦੀ। ਵੈਸੇ ਮੈਂ ਇੱਥੇ ਜ਼ਰੂਰ ਦੱਸ ਦੇਵਾਂ ਕਿ ਪੰਜਾਬ ਅਤੇ ਬਿਹਾਰ ਦੀ ਆਬਾਦੀ 'ਚ, ਡੈਮੋਗ੍ਰਾਫੀ ਦੇ ਵਿੱਚ ਕਾਫੀ ਫਰਕ ਆ। ਬਿਹਾਰ 'ਚ ਕਰੀਬ 51% OBC ਵੋਟ ਆ, ਅਦਰ ਬੈਕਵਰਡ ਕਲਾਸਿਸ। ਇਸੇ ਤਰ੍ਹਾਂ ਹੀ ਕਰੀਬ 16% ਵੋਟ ਜਿਹੜੀ ਆ ਉੱਥੇ ਦਲਿਤ ਵਰਗ ਦੀ ਵੋਟ ਆ। ਇੰਨੀ ਕੀ ਵੋਟ, ਸ਼ਾਇਦ 17% ਵੋਟ ਜਿਹੜੀ ਆ ਮੁਸਲਿਮ ਭਾਈਚਾਰੇ ਦੀ ਵੋਟ ਆ, ਅਤੇ ਫਿਰ ਬਾਕੀ ਜਿਹੜੀ ਆ ਉਹ ਉੱਚ ਜਾਤੀਆਂ ਦੀ ਵੋਟ ਆ, ਬਾਕੀ ਰਹਿ ਗਈ ਕਰੀਬ 15% ਗ੍ਰੈਂਡ ਲਾਈਨਸ ਦੀ ਕੋਸ਼ਿਸ਼ ਸੀ ਕਿ ਇਹ ਸਾਰੀ ਵੋਟ OBC, ਦਲਿਤ, ਮੁਸਲਿਮ, ਇਹ ਵੋਟ ਜਿਹੜੀ ਆ ਇਕੱਠੀ ਰਹੇ ਔਰ ਉਹਨਾਂ ਨੂੰ ਪਵੇ। ਉੱਧਰ ਭਾਜਪਾ ਦੀ ਕੋਸ਼ਿਸ਼ ਸੀ ਕਿ ਇਹ ਵੋਟ ਵੰਡੀ ਜਾਏ, ਤਾਂ ਉੱਥੇ ਕੁਝ ਉੱਚ ਜਾਤੀ ਦੀ ਵੋਟ ਆ ਉਹਦੇ ਨਾਲ ਨਾਲ ਇਹਨਾਂ ਦੀ ਵੰਡੀ ਹੋਈ ਵੋਟ ਕੁਝ ਭਾਜਪਾ ਨੂੰ ਅਤੇ ਇੰਡੀਆ ਨੂੰ ਪੈ ਜਾਏ। ਇਹ ਨਹੀਂ ਹੋਇਆ, ਕਾਫੀ ਹੱਦ ਤੱਕ ਇਹ ਵੋਟ ਜਿਹੜੀ ਆ ਗ੍ਰੈਂਡ ਅਲਾਇੰਸ ਨੂੰ ਹੀ ਪਈ ਆ। ਉੱਧਰ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਕਰੀਬ 58% ਜਿਹੜੀ ਵੋਟ ਆ ਉਹ ਸਿੱਖ ਵੋਟ ਆ, ਇਹਦਾ ਵੱਡਾ ਹਿੱਸਾ ਜੱਟ ਸਿੱਖ ਵੋਟ ਆ। ਬਾਕੀ ਆਪਾਂ ਨੂੰ ਪਤਾ ਹੀ ਆ, ਵੈਸੇ ਤਾਂ ਸਿੱਖਾਂ ਦੇ ਵਿੱਚ ਜਾਤ ਪਾਤ ਨਹੀਂ ਹੋਣਾ ਚਾਹੀਦਾ, ਪਰ ਆਪਾਂ ਹਾਲੀ ਵੀ ਮੰਨਦੇ ਹਾਂ ਕਿ ਇਹ ਆਪਣੇ ਇਹਦੇ ਇੱਥੇ ਕੋਈ ਖੱਤਰੀ ਸਿੱਖ ਵੀ ਆ, ਕੁਝ ਰਾਏ ਸਿੱਖ ਵੀ ਆ, ਕੋਈ ਰਾਮਗੜੀਏ ਸਿੱਖ ਆ, ਲੁਬਾਣਾ ਸਿੱਖ ਵੀ ਆ, ਮਜ਼ਹਬੀ ਸਿੱਖ ਵੀ ਆ, ਵਗੈਰਾ ਵਗੈਰਾ। ਸੋ ਇਹਨਾਂ ਦੇ ਵਿੱਚ ਬਾਕੀ ਜਿਹੜੀ ਆ ਜੱਟ ਸਿੱਖ ਪਲੱਸ ਇਹ ਸਾਰੀ ਵੋਟ ਆ। ਦੂਜੇ ਪਾਸੇ ਟੋਟਲ ਹਿੰਦੂ ਵੋਟ ਜਿਹੜੀ ਆ ਕਰੀਬ 39-40% ਆ। ਇਹਦੇ 'ਚ ਕੁਝ ਅਪਰ ਕਾਸਟ ਉੱਚ ਜਾਤੀ ਵੋਟ ਆ ਔਰ ਬਾਕੀ ਜਿਹੜੀ ਵੋਟ ਆ ਕੋਈ ਦਲਿਤ ਵੋਟ ਵੀ ਹੈ, ਬਾਲਮੀਕੀ ਜਾਂ ਦਲਿਤ ਵੋਟ ਵੀ ਜ਼ਰੂਰ ਹੈ। ਸੋ ਪੰਜਾਬ ਦੀ ਟੋਟਲ ਵੋਟ ਵਿੱਚੋਂ ਕਿੰਨੀ ਵੋਟ ਅਕਾਲੀ ਭਾਜਪਾ ਨੂੰ ਪੈਂਦੀ ਆ, ਕਿੰਨੀ ਆਪ ਕਾਂਗਰਸ ਅਤੇ BSP ਨੂੰ ਪੈਂਦੀ ਆ, ਇਹ ਹਾਲੀ ਕਹਿਣਾ ਕਾਫੀ ਮੁਸ਼ਕਲ ਆ। ਭਾਵੇਂ ਪਿਛਲੀਆਂ ਚੋਣਾਂ 'ਚ BSP ਦਾ ਕਿਸੇ ਵੱਡੀ ਮੁੱਖ ਸਿਆਸੀ ਪਾਰਟੀ ਨਾਲ ਗੱਠਜੋੜ ਨਹੀਂ ਸੀ, ਪਰ ਇਹਨੂੰ ਆਪਾਂ ਰੂਲ ਆਊਟ ਨਹੀਂ ਕਰ ਸਕਦੇ। ਇਹ ਅਗਲੀਆਂ ਚੋਣਾਂ ਦੇ ਵਿੱਚ ਹੋ ਵੀ ਸਕਦਾ ਵਾ, ਔਰ ਜੇ ਹੋਵੇਗਾ ਤਾਂ ਉਸ ਪਾਰਟੀ ਨੂੰ ਕਾਫੀ ਫਾਇਦਾ ਹੋ ਸਕਦਾ, ਕਿਉਂਕਿ ਇਹ ਦਲਿਤ ਵੋਟ, ਇੱਥੇ ਬਹੁਤੀ OBC ਵੋਟ ਨਹੀਂ, ਦਲਿਤ ਵੋਟ ਪੰਜਾਬ ਦੇ ਵਿੱਚ ਕਾਫੀ ਹੈ, 30-35% ਦਲਿਤ ਵੋਟ ਹੈ ਜਿਹੜੀ। ਦੋਵੇਂ ਮੁੱਖ ਵਿਰੋਧੀ ਪਾਰਟੀਆਂ ਆਪ ਅਤੇ
ਕਾਂਗਰਸ ਦੇ ਵਿੱਚ ਸਮਝੌਤਾ ਹੋਣ ਦੇ ਇਸ ਵੇਲੇ ਆਸਾਰ ਨਜ਼ਰ ਨਹੀਂ ਆ ਰਹੇ। ਅਕਾਲੀ ਭਾਜਪਾ ਵਿੱਚ ਵੀ ਤਰੇੜਾਂ ਜਿਹੜੀਆਂ ਵਾ ਨਜ਼ਰ ਆ ਰਹੀਆਂ ਵਾ, ਪਰ ਬਿਹਾਰ ਚੋਣਾਂ ਤੋਂ ਬਾਅਦ ਇਹ ਇਕੱਠੇ ਰਹਿੰਦੇ ਆ ਜਾਂ ਪੰਜਾਬ 'ਚ ਅੱਡ ਅੱਡ ਚੋਣਾਂ ਲੜਦੇ ਆ, ਇਹ ਵੀ ਹਾਲੀ ਕਹਿਣਾ ਮੁਸ਼ਕਲ ਆ। ਹਾਲ ਦੀ ਘੜੀ ਕੋਈ ਸੰਕੇਤ ਨਹੀਂ ਆ ਰਹੇ। ਸੋ ਪੰਜਾਬ 'ਚ ਚੋਣਾਂ ਦੀ ਸਥਿਤੀ ਮੇਰੇ ਹਿਸਾਬ ਨਾਲ ਹਾਲੀ ਵੀ ਬਹੁਤੀ ਸਾਫ਼ ਨਹੀਂ ਹੈ। ਦੇਖਦੇ ਹਾਂ ਸਾਡੇ ਦਰਸ਼ਕ ਜਿਹੜੇ ਸਾਡੇ ਨਾਲ ਜੁੜੇ ਆ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗੁਰਫਤਿਹ ਜੀ, ਮੈਂ ਪਰਮਜੀਤ ਸਿੰਘ ਸੰਧੂ ਬੋਲ ਰਿਹਾ ਬ੍ਰਹਮਟਨ ਤੋਂ ਕੈਨੇਡਾ। ਹਾਂਜੀ ਹਾਂਜੀ ਪਰਮਜੀਤ ਸਿੰਘ ਜੀ, ਤੁਹਾਨੂੰ ਵੇਟ ਕਰਨਾ ਪਿਆ, ਮਾਫੀ ਕਰਨਾ। ਹਾਂਜੀ ਹਾਂਜੀ, ਨਹੀਂ ਕੋਈ ਨਹੀਂ ਜੀ, ਐਕਚੁਅਲੀ ਸਾਡੀ ਡਿਸ਼ ਡਾਊਨ ਸੀਗੀ ਪਿਛਲੇ 3-4 ਦਿਨ ਤੋਂ। ਅੱਛਾ, ਬਸ ਅਸੀਂ ਪ੍ਰੋਗਰਾਮ ਸੁਣਨੇ ਪਾਏ, ਇੰਟਰਨੈਟ 'ਤੇ ਵੀ ਟਰਾਈ ਕੀਤੀ ਪਰ ਅਨਫਾਰਚੁਨੇਟਲੀ ਹੋ ਨਹੀਂ ਪਾਇਆ। ਪਰ ਤੁਹਾਡੇ ਹੁਣ ਬ੍ਰਹਮਟਨ 'ਚ ਕੈਨੇਡਾ ਦੇ ਵਿੱਚ, ਅੱਗੇ ਮੈਨੂੰ ਪਤਾ ਕੁਝ ਲੋਕ ਉੱਥੇ ਡਿਸ਼ 'ਤੇ ਸਾਨੂੰ ਦੇਖਦੇ ਆ, ਪਰ ਹੁਣ ਉੱਥੇ ਚੈਨਲ ਪੰਜਾਬੀ 'ਤੇ ਵੀ ਸਾਨੂੰ ਤੁਸੀਂ ਦੇਖ ਸਕੋਗੇ। ਹਾਂਜੀ ਹਾਂਜੀ, ਉਹ ਦੱਸਿਆ ਤੁਸੀਂ, ਉਹ ਵੀ ਚੱਲਦਾ ਪਿਆ ਅੱਜ ਕੱਲ੍ਹ ਰੋਜ਼ਰ ਦੇ ਉੱਪਰ ਫ੍ਰੀ ਪ੍ਰੀਵਿਊ। ਹਾਂਜੀ, ਤੇ ਉਸ ਤੋਂ ਬਾਅਦ ਆਪਾਂ ਲੈ ਸਕਦੇ ਹਾਂ। ਹਾਂਜੀ, ਤੇ ਅੱਜ ਦੇ ਤੇ ਮੈਨੂੰ ਤਾਂ ਇਹ ਵਿਸ਼ਵਾਸ ਹੈ ਜੀ ਕਿ ਜੋ ਹਾਲਾਤ ਬਣ ਰਹੇ ਨੇ ਉਹਦੇ ਵਿੱਚ ਓਪੋਜੀਸ਼ਨ ਪਾਰਟੀਆਂ ਮਿਲ ਕੇ ਇੱਕ ਸਾਂਝਾ ਫਰੰਟ ਜ਼ਰੂਰ ਬਣਾਉਣਗੀਆਂ, ਅਗਰ ਪੰਜਾਬ ਦੀ ਬਿਹਤਰੀ ਜਾਂ ਆਪਾਂ ਆਉਣ ਵਾਲਾ ਫਿਊਚਰ ਨੂੰ ਕੁਛ ਚੇਂਜ ਕਰਨਾ ਚਾਹੁੰਦੇ ਹਾਂ। ਜੀ, ਸਰਬੱਤ ਦਾ ਭਲਾ ਮੰਗਣ ਵਾਲੀ ਅੱਜ ਕੌਮ ਦੇ ਉੱਪਰ ਕੀ ਕੁਛ ਹੋ ਰਿਹਾ, ਬੜੇ ਦੁੱਖ ਦੁਖਦਾਈ ਚੱਲ ਰਿਹਾ ਮਾਹੌਲ, ਦਿਨੋਂ ਦਿਨ ਪਹਿਲਾਂ ਨਾਲੋਂ ਵੀ ਖਰਾਬ ਹੋਈ ਜਾ ਰਿਹਾ। ਜੀ, ਸਮਝ ਨਹੀਂ ਆ ਰਹੀ ਕਿ ਗੁਰੂ ਮਹਾਰਾਜ ਕੋਈ ਕਿਰਪਾ ਕਰਨ ਤੇ ਕੁਛ ਹੱਲ ਨਿਕਲੇ ਤਾਂ। ਗੁਰੂ ਮਹਾਰਾਜ ਦੀ ਕਿਰਪਾ ਤੇ ਹੋਣੀ ਹੋਣੀ ਆ ਜੀ, ਪਰ ਮਹਿਲ ਆਪਾਂ ਨੂੰ ਵੀ ਕੋਸ਼ਿਸ਼ ਕਰਨੀ ਪੈਣੀ ਆ। ਨਹੀਂ ਬਿਲਕੁਲ, ਤੇ ਦੂਜੀ ਗੱਲ ਉਦੋਂ ਤੱਕ ਅਜੇ ਟਾਈਮ ਗੈਪ ਕਾਫੀ ਹੈਗਾ, ਕੀ ਸਮੀਕਰਨ ਬਣਦਾ। ਹੋ ਸਕਦਾ ਅਕਾਲੀ ਬੀਜੇਪੀ ਦੇ ਵਿੱਚ ਵੀ ਆਪਸ 'ਚ ਕੋਈ ਤਰੇੜ ਆ ਜਾਏ ਉਨੇ ਦੇਰ ਤੱਕ, ਜਿੰਨਾ ਅੰਦਰ ਅੰਦਰ ਦੁੱਖ ਧਾਰਿਆ ਹੀ ਇਹਨਾਂ ਦਾ ਵੀ। ਜੀ, ਤੇ ਬਾਕੀ ਜਿਹੜਾ ਟਾਈਮ ਗੈਪ ਹੈ ਨਾ, ਪਿਛਲਾ ਐਕਸਪੀਰੀਅੰਸ ਇਹੀ ਹੈ ਕਿ ਲੋਕੀ ਜਿਹੜੇ ਵੋਟਾਂ ਦੇ ਟਾਈਮ ਤੱਕ ਭੁੱਲ ਜਾਂਦੇ ਕਾਫੀ ਕੁਛ, ਅਜੇ ਸਾਲ ਤੋਂ ਉੱਪਰ ਪਿਆ ਹੈ ਟਾਈਮ। ਜੀ, ਤੇ ਇਲੈਕਸ਼ਨ ਥੋੜੀ ਜਲਦੀ ਹੋਣੀ ਚਾਹੀਦੀ ਸੀ, ਇਹਨਾਂ ਦਿਨਾਂ ਦੇ ਵਿੱਚ ਕਿਤੇ ਹੁੰਦੀ ਤਾਂ ਫਿਰ ਤਾਂ ਜਲਦੀ ਕੁਛ ਨਾ ਕੁਛ ਰਿਜ਼ਲਟ ਨਿਕਲ ਆਉਂਦਾ ਜੀ। ਬਾਕੀ ਆਪਾਂ ਨੂੰ ਯਾਦ ਰੱਖਣੇ ਚਾਹੀਦੇ ਜੋ ਇਹ ਹਾਲਾਤ ਹੈ, ਕਿਉਂਕਿ ਅਗਰ ਪੰਜਾਬ ਦੇ ਵਿੱਚ ਚੇਂਜ ਜਾਂ ਕੋਈ SGPC ਚੇਂਜ ਕੁਛ ਵੀ ਚੇਂਜ ਕਰਨਾ ਚਾਹੁੰਦੇ ਹਾਂ ਤੇ ਉਸ ਤੋਂ ਪਹਿਲਾਂ ਪੰਜਾਬ ਗਵਰਨਮੈਂਟ ਚੇਂਜ ਹੋਏਗੀ, ਤਾਂ ਹੀ ਇਹ ਕੋਈ ਸੈਟਅਪ ਚੇਂਜ ਹੋ ਪਾਊਗਾ। ਜੀ ਜੀ, ਬਹੁਤ ਮਿਹਰਬਾਨੀ ਪਰਮਜੀਤ ਜੀ। ਦੇਖਦੇ ਹਾਂ ਸਾਡੇ ਅਗਲੇ ਦਰਸ਼ਕ ਕੀ ਵਿਚਾਰ ਰੱਖਣਾ ਚਾਹੁੰਦੇ ਆ। ਹੈਲੋ, ਹੈਲੋ, ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ? ਕੀ ਸੁਝਾਵ ਦੇਣਾ ਚਾਹੁੰਦੇ ਭਾਈ ਸਾਹਿਬ? ਆਪਣੀ ਇੰਟਰੋਡਕਸ਼ਨ ਦਿਓ ਤੇ ਆਪਣੀ ਗੱਲ ਕਹੋ। ਸਤਿ ਸ਼੍ਰੀ ਅਕਾਲ ਅੰਕਲ ਜੀ, ਮੇਰਾ ਨਾਮ ਵੀਰਪਾਲ ਆ ਤੇ ਮੈਂ ਓਹਾਇਓ ਤੋਂ ਬੋਲਦਾ। ਮੇਰੇ ਖਿਆਲ ਪਹਿਲੀ ਵਾਰੀ ਕਾਲ ਕਰ ਰਹੇ ਵੀਰਪਾਲ? ਹਾਂਜੀ, ਪਹਿਲੀ ਵਾਰੀ ਅੰਕਲ ਜੀ। ਬਹੁਤ ਮਿਹਰਬਾਨੀ, ਚੰਗਾ ਕਾਲ ਕਰਦੇ ਰਹੋ। ਅਸੀਂ ਚਾਹੁੰਦੇ ਹਾਂ ਵੀ ਯੰਗਰ ਜਨਰੇਸ਼ਨ ਜਿਹੜੀ ਆ, ਜਿਹੜੀ ਯੂਥ ਹੈ ਸਾਨੂੰ, ਸੋ ਸਾਡੇ ਨਾਲ ਪ੍ਰੋਗਰਾਮ ਵੇਖੇ ਔਰ ਸਾਡੇ ਨਾਲ ਜ਼ਰੂਰ ਜੁੜੇ। ਹਾਂਜੀ, ਦੱਸੋ ਕੀ ਵਿਚਾਰ ਹੈ ਤੁਹਾਡੇ ਵੀਰਪਾਲ? ਹਾਂਜੀ ਅੰਕਲ ਜੀ, ਦੋ ਸਵਾਲ ਸੀਗੇ ਮੇਰੇ ਕੋਲ। ਹਾਂ ਹਾਂ, ਪਹਿਲਾ ਵਾਰ ਆਪਣੀ ਜਿਹੜੀ ਪੰਜਾਬ ਸਟੇਟ ਆ ਉਹ ਇੰਡੀਆ 'ਚ ਹੀ ਆ? ਬਿਲਕੁਲ ਇੰਡੀਆ 'ਚ ਹੈ ਜੀ। ਤਾਂ ਫਿਰ ਇੰਡੀਆ ਦਾ ਪ੍ਰਾਈਮ ਮਿਨਿਸਟਰ ਜਿਹੜਾ ਮਾਹੌਲ ਪੰਜਾਬ 'ਚ ਇਸ ਵਾਰ ਫੈਲ ਰਿਹਾ ਵਾ, ਉਹ ਕੁਛ ਕਰਦਾ ਕਾ ਤੋਂ ਨਹੀਂ, ਕੋਈ ਕਾਮੈਂਟ ਕਾ ਤੋਂ ਨਹੀਂ ਦਿੰਦਾ? ਓਕੇ, ਦੂਸਰਾ? ਦੂਸਰਾ ਹੈਗਾ ਵਾ ਕਿ ਇੱਕ ਲੀਡਰ ਦੇ ਵਧੀਆ ਗੁਣ ਹੋਣੇ ਚਾਹੀਦੇ ਕਿ ਉਹ ਪੀਸ ਮੇਨਟੇਨ ਕਰੇ ਤੇ ਸਾਰਿਆਂ ਨੂੰ ਯੂਨਾਈਟ ਕਰੇ, ਪਰ ਜਿਹੜੇ ਬਿਆਨ ਸੁਖਬੀਰ ਬਾਦਲ ਦੇ ਰਿਹਾ ਵਾ ਉਹਨਾਂ ਦਾ ਸਿੱਖਾਂ ਦਾ ਜੋਸ਼ ਤੇ ਐਟੀਟਿਊਡ ਵੱਧ ਰਿਹਾ ਵਾ, ਜਿੱਦਾਂ ਗੁੱਸਾ ਹੋ ਰਿਹਾ ਵਾ, ਇਹ ਕਾਹਤੋਂ ਕਰ ਰਿਹਾ? ਓਕੇ ਵੀਰਪਾਲ, ਦੇਖੋ ਦੋ ਗੱਲਾਂ ਵਾ। ਪ੍ਰਧਾਨ ਮੰਤਰੀ ਸਾਰੇ ਮੁਲਕ ਦਾ ਪ੍ਰਧਾਨ ਮੰਤਰੀ ਹੁੰਦਾ ਵਾ, ਉਹ ਵੱਖਰੀਆਂ ਵੱਖਰੀਆਂ ਸਟੇਟਾਂ ਦੇ ਉੱਤੇ ਨੋਰਮਲੀ ਟਿੱਪਣੀ ਨਹੀਂ ਕਰਦੇ। ਪਿੱਛੇ ਜੇ ਅਸਹਿਣਸ਼ੀਲਤਾ ਜਿਹੜਾ ਮਾਹੌਲ, ਇਨਟੋਲਰੈਂਸ ਦਾ ਮਾਹੌਲ ਬਣਿਆ ਸੀ, ਉਹਦੇ 'ਤੇ ਵੀ ਪ੍ਰਧਾਨ ਮੰਤਰੀ ਨੇ ਆਪਣੀ ਕੋਈ ਸਟੇਟਮੈਂਟ ਨਹੀਂ ਦਿੱਤੀ, ਜਿਹਦੇ ਕਰਕੇ ਉਹਨਾਂ ਦੀ ਕਾਫੀ ਆਲੋਚਨਾ ਵੀ ਹੋਈ ਆ। ਆਸ ਕੀਤੀ ਜਾਂਦੀ ਆ ਕਿ ਜਦੋਂ ਇਹੋ ਜਿਹਾ ਅਸਹਿਣਸ਼ੀਲਤਾ ਦਾ ਮਾਹੌਲ ਮੁਲਕ ਦੇ ਵਿੱਚ, ਮੁਲਕ ਭਰ ਦੇ ਵਿੱਚ ਬਣ ਜਾਵੇ, ਤਾਂ ਪ੍ਰਾਈਮ ਮਿਨਿਸਟਰ ਨੂੰ ਜ਼ਰੂਰ ਇੱਕ ਸਟੇਟਮੈਂਟ ਦੇਣੀ ਚਾਹੀਦੀ ਆ, ਦੇਣੀ ਚਾਹੀਦੀ ਸੀ ਉਹਨਾਂ ਨੂੰ, ਜਿਹੜੀ ਉਹਨਾਂ ਨੇ ਨਹੀਂ ਦਿੱਤੀ।
ਪੰਜਾਬ ਬਾਰੇ ਹਾਲੇ ਉਹਨਾਂ ਨੇ ਕੋਈ ਬਹੁਤੀ ਟਿੱਪਣੀ ਨਹੀਂ ਕੀਤੀ। ਹਾਲੇ 3 ਦਿਨ ਪਹਿਲਾਂ ਇੱਥੇ ਹੋ ਕੇ ਵੀ ਗਏ, ਇੱਕ ਆਰਮੀ ਦਾ ਫੰਕਸ਼ਨ ਸੀ ਅੰਮ੍ਰਿਤਸਰ ਨੇੜੇ, ਉੱਥੇ ਉਹ ਹੋ ਕੇ ਗਏ, ਉਸ ਤੋਂ 1 ਦਿਨ ਪਹਿਲਾਂ ਹੀ ਸਰਬੱਤ ਖਾਲਸਾ ਹੋ ਕੇ ਹਟਿਆ ਸੀ, ਪਰ ਫਿਰ ਵੀ ਉਹਨਾਂ ਨੇ ਪੰਜਾਬ 'ਤੇ ਕੋਈ ਬਹੁਤੀ ਟਿੱਪਣੀ ਨਹੀਂ ਕੀਤੀ। ਸ਼ਾਇਦ ਉਹਨਾਂ ਨੂੰ ਲੱਗਦਾ ਵਾ ਕਿ ਜੇ ਉਹ ਟਿੱਪਣੀ ਕਰਨਗੇ ਤਾਂ ਸਟੇਟ ਗਵਰਨਮੈਂਟ ਜਾਂ ਵਿਰੋਧੀ ਧਿਰ ਇੱਥੋਂ ਦੇ ਕਹਿਣਗੇ ਕਿ ਤੁਸੀਂ ਸਟੇਟ ਫੰਕਸ਼ਨਿੰਗ ਦੇ ਵਿੱਚ ਇੰਟਰਫੇਅਰ ਕਰ ਰਹੇ ਜੇ, ਰਾਜਾਂ ਦੇ ਅਧਿਕਾਰਾਂ ਜਿਹੜੇ ਆ ਉਹਨਾਂ 'ਚ ਤੁਸੀਂ ਦਖਲਅੰਦਾਜ਼ੀ ਕਰ ਰਹੇ ਜੇ। ਕੱਲ੍ਹ UK ਦੇ ਵਿੱਚ ਉਹ ਇੱਕ ਸਿੱਖ ਵਫਦ ਨੂੰ ਮਿਲੇ ਆ, ਉੱਥੇ ਕਈ ਜਿਹੜੇ ਪੰਜਾਬ ਦੇ ਔਰ ਸਿੱਖਾਂ ਦੇ ਮਸਲਿਆਂ 'ਤੇ ਗੱਲਬਾਤ ਹੋਈ ਆ। ਬਲੈਕ ਲਿਸਟ ਜਿਹੜੀ ਆ, ਕਾਲੀ ਸੂਚੀ ਬਣੀ ਆ, ਉਹਦੀ ਵੀ ਗੱਲ ਹੋਈ ਆ। ਔਰ ਬਾਅਦ ਦੇ ਵਿੱਚ ਜਿਹੜਾ ਵੈਂਬਲੇ ਸਟੇਡੀਅਮ, ਬਹੁਤ ਵੱਡਾ ਸਟੇਡੀਅਮ ਹੈ ਜਿੱਥੇ ਫੁੱਟਬਾਲ ਵਗੈਰਾ ਦੇ ਮੈਚਿਜ਼ ਹੁੰਦੇ ਆ, ਉਹ ਸਟੇਡੀਅਮ ਦੇ ਵਿੱਚ ਜਦੋਂ ਆਪਣੇ ਬਾਹਰ ਵਸਦੇ ਭਾਰਤੀਆਂ ਨੂੰ ਉਹ ਸੰਬੋਧਿਤ ਕਰ ਰਹੇ ਸਨ, ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਕੱਲ੍ਹ ਪੰਜਾਬੀਆਂ ਦੀ ਇੱਕ ਵਫਦ ਮਿਲੀ ਆ, ਅਸੀਂ ਬੜੇ ਪਿਆਰ ਮੁਹੱਬਤ ਦੇ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਆ, ਔਰ ਅਸੀਂ ਮੈਂ ਉਹਨਾਂ ਨੂੰ ਕਿਹਾ ਵਾ ਵੀ ਮੈਂ ਤੁਹਾਡੇ ਮਸਲਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਵਾਂ ਔਰ ਨਤੀਜੇ ਕੁਝ ਦੇਰ ਤੱਕ ਨਜ਼ਰ ਆਉਣਗੇ। ਇਹ ਪ੍ਰਧਾਨ ਮੰਤਰੀ ਨੇ ਕਿਹਾ, ਦੇਖਦੇ ਹਾਂ ਆਪਣੇ ਵਾਅਦੇ 'ਤੇ, ਆਪਣੀ ਸਟੇਟਮੈਂਟ 'ਤੇ ਉਹ ਖਰੇ ਉਤਰਦੇ ਕਿ ਨਹੀਂ ਉਤਰਦੇ। ਬਾਕੀ ਇਹ ਬਿਲਕੁਲ ਠੀਕ ਆ ਕਿ ਜਿਹੜੀ ਵੀ ਸਰਕਾਰ ਸਟੇਟ ਦੇ ਵਿੱਚ ਹੁੰਦੀ ਆ ਉਹਦਾ ਮੁੱਖ ਮੰਤਵ ਹੁੰਦਾ ਵਾ, ਕੋਸ਼ਿਸ਼ ਹੋਣੀ ਚਾਹੀਦੀ ਆ ਕਿ ਉਹ ਪੀਸ, ਅਮਨ ਸ਼ਾਂਤੀ ਲਿਆਵੇ। ਔਰ ਕੁਝ ਲੋਕ ਫੀਲ ਕਰਦੇ ਆ ਕਿ ਜਿਹੋ ਜਿਹੀਆਂ ਸਟੇਟਮੈਂਟਸ ਆ ਰਹੀਆਂ ਵਾ ਇਹ ਸਟੇਟਮੈਂਟਸ ਨਹੀਂ ਆਉਣੀ ਚਾਹੀਦੀਆਂ। ਕੱਲ੍ਹ ਸੁਖਬੀਰ ਸਿੰਘ ਬਾਦਲ ਨੇ ਵਾਕਈ ਇਹ ਕਿਹਾ ਵਾ, ਮੈਂ ਮੀਡੀਆ 'ਚ ਹੀ ਪੜ੍ਹ ਰਿਹਾ ਸੀ ਕਿ ਜਿਹੜੇ ਲੋਕ ਅਕਾਲ ਤਖਤ ਜਥੇਦਾਰ ਦੀ ਵਿਰੋਧਤਾ ਕਰ ਰਹੇ ਆ ਉਹ ਸਹੀ ਸਿੱਖ ਹੀ ਨਹੀਂ ਗੇ, ਉਹ ਸਿੱਖਾਂ ਦੇ ਦੁਸ਼ਮਣ ਆ। ਮੇਰੇ ਖਿਆਲ ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ, ਇੱਥੇ ਡੈਮੋਕ੍ਰੇਸੀ ਆ, ਕੋਈ ਕਿਸੇ ਦੀ ਵਿਰੋਧਤਾ ਕਰ ਸਕਦਾ, ਕੋਈ ਕਿਸੇ ਦੇ ਖਿਲਾਫ ਆਪਣੀ ਸਟੇਟਮੈਂਟ ਦੇ ਸਕਦਾ। ਆਜ਼ਾਦੀ ਆ, ਆਜ਼ਾਦੀ ਦੇ ਵਿੱਚ ਹਿੰਸਾ ਦੀ ਕਾਰਵਾਈ ਵੱਲ ਨਹੀਂ ਜਾਣਾ ਚਾਹੀਦਾ। ਸਟੇਟਮੈਂਟ ਕੋਈ ਵੀ ਕਿਸੇ ਤਰੀਕੇ ਦੀ ਦੇਵੇ ਤਾਂ ਮੇਰੇ ਖਿਆਲ ਆ ਉਹਦੇ 'ਤੇ ਕੋਈ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਇਹ ਡੈਮੋਕ੍ਰੇਸੀ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ, ਇਹ ਡਾਈਸੈਂਟ ਜਿਹੜਾ ਐਕਸੈਪਟਡ ਪਾਰਟ ਹੈ ਡੈਮੋਕ੍ਰੇਸੀ ਦੇ ਵਿੱਚ। ਸੋ ਮੇਰੇ ਖਿਆਲ ਆ ਸੋਚ ਸਮਝ ਕੇ ਸਟੇਟਮੈਂਟਸ ਦੇਣੀਆਂ ਚਾਹੀਦੀਆਂ ਵਾ, ਇਹੋ ਜਿਹੀਆਂ ਸਟੇਟਮੈਂਟਸ ਜਿਹੜੀਆਂ ਵਾ ਉਹ ਲੋਕਾਂ ਦੇ ਵਿੱਚ ਗੁੱਸਾ ਹੋਰ ਪੈਦਾ ਰੋਜ਼ ਜਿਹੜਾ ਵਾ ਪੈਦਾ ਕਰਦੀਆਂ। ਬਹੁਤ ਧੰਨਵਾਦ ਵੀਰਪਾਲ, ਦੇਖਦੇ ਹਾਂ ਸਾਡੇ ਅਗਲੇ ਸੱਜਣ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ, ਹੈਲੋ, ਹਾਂਜੀ, ਮੈਂ ਡੀਪੀ ਸਿੰਘ ਸ਼ੇਰਗਿੱਲ ਬੋਲ ਰਿਹਾ ਜੀ, ਬ੍ਰੈਂਪਟਨ ਤੋਂ। ਹਾਂਜੀ ਹਾਂਜੀ ਸ਼ੇਰਗਿੱਲ ਜੀ, ਸਵਾਗਤ ਹੈ, ਦੱਸੋ ਕੀ ਵਿਚਾਰ ਤੁਹਾਡੇ। ਬਹੁਤ ਸੋਹਣਾ ਜੀ ਪ੍ਰੋਗਰਾਮ ਤੁਹਾਡਾ ਸੁਣਦੇ ਰਹੀਦਾ, ਤੇ ਡੈਮੋਕ੍ਰੇਸੀ ਬਾਰੇ ਤਾਂ ਜਿਹੜੀ ਇੱਕ ਡੈਫੀਨੇਸ਼ਨ ਆ ਬੜੀ ਸੋਹਣੀ, ਡੈਮੋਕ੍ਰੇਸੀ ਆਫ ਦਾ ਪੀਪਲ, ਫੋਰ ਦਾ ਪੀਪਲ ਐਂਡ ਬਾਈ ਦਾ ਪੀਪਲ। ਬਿਲਕੁਲ ਠੀਕ ਹੈ ਜੀ। ਸੋ ਉਸ ਅਨੁਸਾਰ ਹੁਣ ਜਿਹੜੀ ਹੈ ਸਰਕਾਰ, ਉਸ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਅਸੀਂ ਡੈਮੋਕ੍ਰੇਟਿਕ ਵੇ ਨੂੰ ਜਿਹੜਾ ਹੈ ਉਹ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਇਹਦੇ ਜਿਹੜੇ ਨਤੀਜੇ ਨੇ ਉਹ ਤੁਹਾਡੇ ਸਾਹਮਣੇ ਆਉਣ ਵਾਲੇ ਨੇ, ਆ ਜਾਣਗੇ। ਆਪਾਂ ਦੇਖਦੇ ਹਾਂ ਕਿ ਦਿੱਲੀ ਦੇ ਵਿੱਚ, ਬਿਹਾਰ ਦੇ ਵਿੱਚ, ਅਤੇ ਅੱਗੇ ਵੀ ਜੋ ਅਸੀਂ ਇਸ ਚੀਜ਼ ਨੂੰ ਦੇਖਾਂਗੇ ਉਹ ਸਾਡੇ ਸਾਹਮਣੇ ਆਏਗੀ। ਸੋ ਮੈਂ ਸਮਝਦਾ ਕਿ ਇਹਨਾਂ ਚੀਜ਼ਾਂ ਬਾਰੇ ਲੋਕਾਂ ਨੂੰ ਜਿਹੜਾ ਹੈ ਉਹ ਦਬਾ ਕੇ ਨਹੀਂ, ਸਗੋਂ ਉਹਨਾਂ ਦੇ ਕੋਈ ਮਸਲੇ ਹੱਲ ਕਰਕੇ ਜਾਂ ਉਹਨਾਂ ਨਾਲ ਗੱਲਬਾਤ ਕਰਕੇ ਤਾਂ ਕਿਸੇ ਨਤੀਜੇ 'ਤੇ ਪਹੁੰਚਿਆ ਜਾ ਸਕਦਾ। ਅਸੀਂ ਜਿਹੜਾ ਹੈ ਡੈਮੋਕ੍ਰੇਟਿਕ ਵੇ ਦੇ ਵਿੱਚ ਕਿਸੇ ਨੂੰ ਪ੍ਰੈਸ ਕਰਕੇ ਆਪਣਾ ਰਾਜ ਅਸੀਂ ਨਹੀਂ ਚਲਾ ਸਕਦੇ। ਸੋ ਇਸ ਤਰ੍ਹਾਂ ਦੇ ਸਾਨੂੰ ਵਿਚਾਰ। ਬਿਲਕੁਲ ਬਿਲਕੁਲ ਬਿਲਕੁਲ, ਇਹਦੇ 'ਚ ਕੋਈ ਦੋ ਰਾਏ ਨਹੀਂ ਹੋ ਸਕਦੀ ਭਾਈ ਸਾਹਿਬ, ਜੋ ਤੁਸੀਂ ਕਿਹਾ ਵਾ ਸ਼ੇਰਗਿੱਲ ਜੀ, ਬਿਲਕੁਲ ਸਹੀ ਗੱਲ ਕਹੀ ਆ। ਦੇਖਦੇ ਹਾਂ ਸਾਡੇ ਅਗਲੇ ਸੱਜਣ ਕੀ ਆਪਣਾ ਵਿਊ ਪੁਆਇੰਟ ਰੱਖਣਾ ਚਾਹੁੰਦੇ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ, ਸੁਣਾਓ ਅੱਜ ਕੀ ਹਾਲ ਚਾਲ? ਬਹੁਤ ਸੋਹਣਾ ਮੁੱਦਾ ਲੈ ਕੇ ਆਏ ਹੋ। ਮਿਹਰਬਾਨੀ ਮਿਹਰਬਾਨੀ ਭਾਈ ਸਾਹਿਬ, ਕੌਣ ਬੋਲ ਰਹੇ? ਮੈਂ ਅਜੀਤ ਸਿੰਘ ਬੋਲਦਾ ਬਾਲਟੀਮੋਰ ਤੋਂ। ਹਾਂਜੀ ਹਾਂਜੀ ਅਜੀਤ ਸਿੰਘ ਜੀ, ਸਵਾਗਤ ਹੈ, ਦੱਸੋ ਕੀ ਵਿਚਾਰ ਤੁਹਾਡੇ ਇਹ ਸਾਰੇ ਮਸਲੇ ਦ੍ਰਿਸ਼ਟੀਕੋਣ 'ਤੇ? ਦੇਖੋ ਅਜੇ ਬਹੁਤ ਜਲਦਬਾਜ਼ੀ ਆ, ਕਿਉਂਕਿ ਟਾਈਮ ਬਹੁਤ ਰਹਿੰਦਾ ਇਲੈਕਸ਼ਨ ਦੇ ਵਿੱਚ ਜੀ,
ਪਰ ਮੈਨੂੰ ਇੰਝ ਲੱਗਦਾ ਕਿ ਜਿਹੜਾ ਬਿਹਾਰ ਵਾਲਾ ਇਹ ਗੱਲ ਨਹੀਂ ਇੱਥੇ ਹੋ ਸਕਦੀ। ਓਕੇ, ਉਹਦਾ ਕਾਰਨ ਇੱਕੋ ਹੀ ਆ, ਕਾਂਗਰਸ ਨੇ ਉਨੀਆਂ ਸੀਟਾਂ ਦੀ ਲੈਣ ਦੇਣ ਨਹੀਂ ਕਰ ਸਕਦੀ ਕਾਂਗਰਸ ਪੰਜਾਬ ਦੇ ਵਿੱਚ। ਓਕੇ, ਇਹ ਮੈਨੂੰ ਇੰਝ ਲੱਗਦਾ ਕਿ ਤਿੰਨ ਤਿਕੋਣੀ ਟੱਕਰ ਹੋਏਗੀ, ਇੱਕ ਪਾਸੇ ਬਾਦਲ ਅਤੇ ਉਹ ਦੂਜਾ ਜਨ ਸੰਘ, ਮੈਂ ਤੁਹਾਨੂੰ ਜਨ ਸੰਘ ਜ਼ਿਆਦਾ ਕਹਿੰਦਾ ਹੁੰਦਾ, ਬੀਜੇਪੀ ਐਂਡ ਦੂਜੇ ਪਾਸੇ ਹੋਣੇ ਆ ਆਪ ਅਤੇ ਖੱਬੇ ਪੱਖੀ ਪਾਰਟੀਆਂ, ਔਰ ਤੀਸਰੇ ਪਾਸੇ ਹੋਏਗੀ ਕਾਂਗਰਸ ਅਤੇ ਛੋਟੀਆਂ ਮੋਟੀਆਂ ਜਿਹੜੀਆਂ ਪਾਰਟੀਆਂ ਕੋਈ, ਜਿਹੜੀਆਂ ਦੋ ਚਾਰ ਸੀਟਾਂ ਲੈਣ ਵਾਲੀਆਂ। ਅਤੇ ਬੀ ਐੱਸ ਪੀ ਕੋਈ ਵੀ ਉਹ ਬੀ ਐੱਸ ਸੀ ਦੇਖੋ ਹੁਣ ਉਹ ਤਾਂ ਜਿਹਦੇ ਨਾਲ ਸੌਦਾ ਕਰ ਲਵੇ ਉਹ ਉੱਧਰ ਜਾਊਗੀ, ਪਰ ਹਾਲ ਦੀ ਘੜੀ ਤਾਂ ਮੈਨੂੰ ਇੰਝ ਲੱਗਦਾ ਕਿ ਤਿਕੋਣੀ ਟੱਕਰ ਹੋਏਗੀ, ਅਤੇ ਤਿਕੋਣੀ ਟੱਕਰ ਦੇ ਵਿੱਚ ਕਿਸੇ ਦੀ ਸਰਕਾਰ ਮੇਰਾ ਖਿਆਲ ਨਹੀਂ ਬਣ ਸਕਦੀ। ਇਹ ਉਦੋਂ ਬਾਅਦ ਫਿਰ ਕੋਈ ਸਰਕਾਰ ਬਣਾਉਣ ਲਈ ਕੋਈ ਗੱਠਜੋੜ ਹੋ ਜਾਏ ਤਾਂ ਵੱਖਰੀ ਗੱਲ ਆ, ਅਤੇ ਇਹ ਨਹੀਂ ਪਤਾ ਕਿ ਕਿੱਦਾਂ ਗੱਠਜੋੜ ਹੋਏਗਾ ਕਿੱਦਾਂ ਨਹੀਂ। ਉੱਥੇ ਜਿਹੜੀ ਅੱਜ ਉਹਨਾਂ ਨੂੰ ਮੌਕਾ ਸੰਭਾਲਣ ਦੀ ਜ਼ਰੂਰਤ ਆ, ਲੋਕ ਜਿਹੜੇ ਆ ਉਹ ਕੋਈ ਬਹੁਤ ਵਧੀਆ ਲੀਡਰ ਦੀ ਭਾਲ ਵਿੱਚ ਹੈ, ਪਰ ਇਹ ਸਾਰੇ ਆਪਸ ਵਿੱਚ ਹੀ ਲੜੀ ਜਾਣ ਡਏ ਆ, ਕਾਂਗਰਸ ਵੀ ਆਪ ਵੀ ਅਕਾਲੀ ਵੀ, ਅਜੇ ਲੋਕ ਇੰਨਾ ਭੰਬਲ ਭੂਸਾ ਉੱਥੇ ਪਿਆ ਕਿ ਲੋਕਾਂ ਸਹੀ ਗਾਈਡ ਨਹੀਂ ਮਿਲ ਗਾਈਡੈਂਸ। ਮਿਹਰਬਾਨੀ ਅਜੀਤ ਸਿੰਘ ਜੀ, ਕੋਈ ਬਹੁਤ ਹੀ ਤੁਹਾਡਾ ਅਨਾਲਿਸਿਸ ਹੈਗਾ ਕਿ ਸ਼ਾਇਦ ਹੰਗ ਪਾਰਲੀਮੈਂਟ ਹੋ ਸਕਦੀ ਆ, ਔਰ ਬਾਅਦ ਦੇ ਵਿੱਚ ਕੋਈ ਆਪਸ ਦੇ ਵਿੱਚ ਅਰੇਂਜਮੈਂਟ ਹੋ ਸਕਦੀ ਆ, ਕੋਈ ਚੰਗੀ ਬਹੁਤੀ ਖਬਰ ਨਹੀਂ ਮੇਰਾ ਖਿਆਲ ਆ। ਇੱਕ ਡਿਸਾਈਸਿਵ ਵਰਡਕਟ ਜਿਹੜਾ ਵਾ ਉਹ ਬੜਾ ਜ਼ਰੂਰੀ ਆ ਪੰਜਾਬ ਦੇ ਵਿੱਚ ਦੁਬਾਰਾ ਸਹੀ ਰਾਜ ਪ੍ਰਬੰਧ ਵਾਸਤੇ। ਦੇਖਦੇ ਹਾਂ ਅਗਲੇ ਸੱਜਣ ਕੀ ਕਹਿਣਾ ਚਾਹੁੰਦੇ ਆ। ਇੱਕ ਅੱਧੀ ਕਾਲ ਮੈਂ ਹੋਰ ਲੈ ਕੇ ਫਿਰ ਪ੍ਰੋਗਰਾਮ ਦੀ ਸਮਾਪਤੀ ਕਰੂੰਗਾ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੀ। ਅੰਕਲ ਜੀ, ਮੈਂ ਵਿਸਕੌਨਸਨ ਤੋਂ ਬੋਲਦਾ, ਮਿਲਵਾਕੀ ਓਕਰੇ ਗੁਰਦੁਆਰਾ ਸਾਹਿਬ ਤੋਂ। ਹਾਂਜੀ ਭਾਈ ਸਾਹਿਬ, ਕੀ ਨਾਮ ਆਪਣਾ? ਕੀ ਨਾਮ ਆਪਣਾ? ਮੇਰਾ ਨਾਮ ਭਾਈ ਸੁੰਦਰ ਸਿੰਘ। ਹਾਂਜੀ ਸੁੰਦਰ ਸਿੰਘ ਜੀ, ਤੇ ਮੈਂ ਇਹ ਪੁੱਛਣਾ ਸੀਗਾ ਕਿ ਉਹਨਾਂ ਜਿਵੇਂ ਹੁਣ ਆਪਣੇ ਪ੍ਰੈਜ਼ੀਡੈਂਟ ਹੈਗੇ ਆਪਣੇ ਇੰਡੀਆ ਦੇ ਯੂਕੇ ਦੇ ਵਿੱਚ ਗਏ ਹੋਏ ਨੇ, ਤੇ ਉਹ ਕਿਹੋ ਜਿਹੇ ਬਿਆਨ ਦੇਣ ਦੇ ਮਤਲਬ ਗੁਰਸਿੱਖਾਂ ਦੇ ਪ੍ਰਤੀ, ਤੇ ਮੈਂ ਪਿੱਛੋਂ ਇੱਕ ਬਿਆਨ ਸੁਣਾ ਸੀਗਾ ਕੱਲ੍ਹ ਦਾ ਉਹਨਾਂ ਦਾ, ਤੇ ਉਹਨਾਂ ਦਾ ਇਹ ਬਿਆਨ ਸੀਗਾ ਵੀ ਕਹਿੰਦੇ ਲੰਡਨ ਦੇ ਵਿੱਚ ਦੋ ਗੁਰੂ ਘਰ ਇਹੋ ਜਿਹੇ ਹੈਗੇ ਜਿਹਨਾਂ ਦੇ ਵਿੱਚ ਗੁਰਸਿੱਖ ਮੁੰਡੇ ਜਿਹੜੇ ਹੈਗੇ ਉਹਨਾਂ ਨੂੰ ਗੰਦੀ ਮਤਲਬ ਸਿਖਲਾਈ ਦੀ ਜਾਂਦੀ, ਕੀ ਇਹ ਤੁਸੀਂ ਇਸ ਚੀਜ਼ ਤੋਂ ਸਹਿਮਤ ਹੋ? ਨਹੀਂ, ਇਸ ਤਰ੍ਹਾਂ ਵਾ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਨਹੀਂ, ਆਪਣੇ ਪ੍ਰਧਾਨ ਮੰਤਰੀ ਜਿਹੜੇ ਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਯੂਕੇ ਦੇ ਦੌਰੇ 'ਤੇ ਗਏ ਆ। ਪ੍ਰਧਾਨ ਮੰਤਰੀ ਨੇ ਹਾਂ ਗੱਲ ਨਹੀਂ ਕਹੀ, ਲੇਕਿਨ ਗਵਰਨਮੈਂਟ ਆਫ ਇੰਡੀਆ ਨੇ ਕੋਈ ਡੋਜ਼ੀਅਰ ਤਿਆਰ ਕੀਤਾ ਵਾ, ਕੋਈ ਜਾਣਕਾਰੀ ਦੇ ਮੁਤਾਬਕ ਉਹਨਾਂ ਨੇ ਕਿਹਾ ਵਾ ਵੀ ਉੱਥੇ ਇਹੋ ਜਿਹੀਆਂ ਕਾਰਵਾਈਆਂ ਗਤੀਵਿਧੀਆਂ ਹੋ ਰਹੀਆਂ ਵਾਂ ਔਰ ਇਹਨਾਂ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਆ। ਮੇਰਾ ਖਿਆਲ, ਦੇਖੋ, ਸਰਕਾਰਾਂ ਕੋਸ਼ਿਸ਼ ਜ਼ਰੂਰ ਕਰਦੀਆਂ ਹੁੰਦੀਆਂ ਵਾਂ, ਜੇ ਸਰਕਾਰ ਨੇ ਕੋਈ ਇਹੋ ਜਿਹਾ ਡੋਜ਼ੀਅਰ ਡਾਕੂਮੈਂਟ ਪੇਸ਼ ਕੀਤਾ ਵਾ, ਤਾਂ ਮੇਰੇ ਖਿਆਲ ਉਹਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਆ। ਯੂਕੇ ਗਵਰਨਮੈਂਟ ਮੇਰੇ ਖਿਆਲ ਜ਼ਰੂਰ ਜਾਂਚ ਕਰੂਗੀ, ਔਰ ਜੇ ਉਹ ਜਾਂਚ ਦੇ ਵਿੱਚ ਕੋਈ ਸੱਚਾਈ ਨਿਕਲੀ ਕਿ ਇਹੋ ਜਿਹਾ ਕੋਈ ਇਹੋ ਜਿਹੀਆਂ ਕਾਰਵਾਈਆਂ ਉੱਥੇ ਹੋ ਰਹੀਆਂ ਸੀ ਜਿਹੜੀਆਂ ਉੱਥੋਂ ਦੇ ਕਾਨੂੰਨ ਦੀ ਉਲੰਘਣਾ ਸੀ, ਤਾਂ ਮੇਰੇ ਖਿਆਲ ਉਹ ਜ਼ਰੂਰ ਕਾਰਵਾਈ ਕਰਨਗੀਆਂ ਔਰ ਕਰਨੀ ਚਾਹੀਦੀ ਵੀ ਆ, ਕਿਉਂਕਿ ਜੇ ਕੋਈ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ, ਉਹਦੇ ਖਿਲਾਫ਼ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ। ਪਰ ਕਈ ਵਾਰ ਮੇਰੇ ਖਿਆਲ ਸ਼ੰਕਾ ਦੇ ਆਧਾਰ ਦੇ ਉੱਤੇ ਕੋਈ ਓਬਵੀਅਸਲੀ ਕੋਈ ਐਕਸ਼ਨ ਨਹੀਂ ਲੈਣਾ ਚਾਹੀਦਾ, ਕਈ ਵਾਰ ਐਵੇਂ ਅਫਵਾਹ ਫੈਲ ਜਾਂਦੀ ਆ ਜੀ ਆਹ ਹੋ ਰਿਹਾ ਉਹ ਹੋ ਰਿਹਾ, ਮੇਰੇ ਖਿਆਲ ਪ੍ਰੋਪਰ ਜਾਂਚ ਤੋਂ ਬਾਅਦ ਡੈਫੀਨੇਟਲੀ ਉਹਦੇ 'ਤੇ ਕਾਰਵਾਈ ਹੋ ਸਕਦੀ ਆ। ਵੈਸੇ ਸਾਨੂੰ ਇੱਥੇ ਬੈਠਿਆਂ ਕੋਈ ਇਹਦੇ 'ਤੇ ਜਾਣਕਾਰੀ ਨਹੀਂ ਹੈ, ਗਵਰਨਮੈਂਟ ਆਫ ਇੰਡੀਆ ਨੇ ਜਾਣਕਾਰੀ ਯੂਕੇ ਗਵਰਨਮੈਂਟ ਨੂੰ ਦਿੱਤੀ ਹੈ, ਸੋ ਮੈਂ ਇਹਦੇ 'ਤੇ ਬੜੀ ਕੋਈ ਸਪਸ਼ਟ ਟਿੱਪਣੀ ਇਹਦੇ 'ਤੇ ਕਰ ਨਹੀਂ ਸਕਦਾ, ਕਿਉਂਕਿ ਮੈਨੂੰ ਇਹਦੇ 'ਤੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਹੁਣ ਸਮਾਂ ਖਤਮ ਹੋ ਰਿਹਾ, ਸੋ ਅੱਜ ਇੰਨਾ ਹੀ, ਹੁਣ ਲੰਬਾ ਵੀਕਐਂਡ ਆ ਰਿਹਾ ਵਾ, ਸੋ ਆਪਣਾ ਸਾਰੇ ਤੁਸੀਂ ਵੀਕਐਂਡ ਇੰਜੋਏ ਕਰੋ, ਅਤੇ ਮੈਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।
ਹੈ।